ਰਾਣੀ ਸੁੰਦਰਾ ਕਰਤੀ ਆ ਤਿਆਰ ਆਈ ਆਫ ਰੋਡਿੰਗ ਲਈ। ਲੈ ਮੈਂ ਤੇਰਾ ਫੈਂਡਰ ਲਾਇਆ, ਕੋਈ ਫਾਇਦਾ ਤੇ ਲਈਏ। ਸ੍ਰੀ ਅਕਾਲ ਜੀ ਸਾਰਿਆਂ ਨੂੰ। ਲੈ ਵੀ ਮਿੱਤਰਾ, ਅੱਜ ਦੇ ਦਿਨ ਅਤੇ ਅੱਜ ਦੇ ਵਲੋਗ ਦੀ ਸ਼ੁਰੂਆਤ ਕਰਦੇ ਉੱਠੇ ਤਾਂ ਅਸੀਂ 5:30 ਵਜੇ ਹਾਂ। ਅਸੀਂ ਜਿਹੜੀ ਚੀਜ਼ ਸੋਚੀ ਰਾਤੀ, ਮੈਂ ਗੁਰਵੀਰ ਨੂੰ ਕਿਹਾ ਮੈਂ ਆਪਾਂ ਟਾਈਮ ਸਿਰ ਕਾਰਡੀਓ ਕਰਿਆ ਕਰੀਏ, ਜਦੋਂ ਕਾਰਡੀਓ ਕਰਨ ਲੇਟ ਚੱਲ ਜਾਈਦਾ ਨਾ, ਕੱਲ੍ਹ ਹੈਗੇ 11-12 ਵਜੇ ਸ਼ਾਮਾਂ ਦਾ ਵਰਕਆਊਟ ਕਰਨਾ, ਫਿਰ ਜੀ ਨਹੀਂ ਕਰਦਾ ਹੈ ਨਾ, ਸਰੀਰ 'ਚ ਥਕਾਵਟ ਹੁੰਦੀ ਆ। ਅਤੇ ਬਾਬੇ ਕਿਰਪਾਣਾ ਕਾਰਡੀਓ ਵੀ ਬੜੇ ਜ਼ੋਰਾਂ ਸ਼ੋਰਾਂ ਚੱਲਣ ਡੀ, ਅਤੇ ਬੜੀ ਜ਼ਰੂਰੀ ਚੀਜ਼ ਮੈਂ ਇਹਨੂੰ ਮੰਨਣ ਡਿਆ ਪਿਆ ਜ਼ਿੰਦਗੀ ਦੀ, ਜਦ ਬੰਦਾ ਸਵੇਰੇ ਉੱਠ ਕੇ ਸੈਰ ਕਰਕੇ ਅਤੇ ਇੱਥੇ ਹੀ ਵਰਕਆਊਟ ਕਰ ਲਏ ਹੈ ਨਾ, ਪੇਟ ਵਗੈਰਾ ਦੇਖ ਸਕਣ ਵਾਲੇ। ਪਰ ਅਸੀਂ ਇੱਕ ਰੁਝਾਨ ਜਿਹਾ ਬੜਿਆਂ ਵਾਲੇ ਸ਼ਹਿਰੋਂ, ਨਾਲੇ ਸਬਜ਼ੀਆਂ ਸੁਬਜ਼ੀਆਂ ਲੈ ਦੀਆਂ ਤਾਜ਼ੀਆਂ, ਨਾਲੇ ਨਾਰੀਅਲ ਪਾਣੀ ਪੀ ਜਾਈਦਾ ਹੈ ਨਾ, ਅਤੇ ਨਾਲੇ ਕਾੜੀ ਕਰਦੀ। ਪਰ ਉਹੋ ਜਿਹੇ ਆਪਾਂ ਲੇਟ ਜਾਂਦੇ ਹਾਂ, ਮਤਲਬ ਕਿ 7 ਵਜੇ ਤੋਂ ਬਾਅਦ ਜਾਂਦੇ ਹਾਂ, ਫਿਰ ਉਹਦਾ ਕੋਈ ਫਾਇਦਾ ਨਹੀਂ ਹੈ ਨਾ, ਫਿਰ 9-10 ਜਿੰਮ 'ਚ ਵੱਜ ਜਾਂਦੇ, ਫਿਰ ਮੀਲ ਵੀ ਮਰ ਜਾਂਦੇ ਖਾਣ ਪੀਣ ਦੇ। ਇਹ ਜੇ ਕਾੜੀ ਸਵੇਰੇ ਸਵੇਰੇ ਕਰਨੀ ਆ, ਘੱਟੋ ਘੱਟ ਵੀ ਮਤਲਬ ਕਿ 5:30 ਬੰਦਾ ਉੱਠੇ, 6:30 ਜਿਹੜਾ ਜਿੰਮ 'ਚ ਵੜ ਜੇ, ਅਤੇ 7:30-8 ਵਜੇ ਨੂੰ ਬੰਦਾ ਘਰ ਆ ਜਾਵੇ ਹੈ ਨਾ, ਸਾਰਾ ਕੰਮ ਧੰਦਾ ਕਰਕੇ ਫਿਰ ਲੱਗਦਾ। ਸ਼ਰੇ ਫੋਨ ਫੜੀ ਮੇਰਾ ਬੋਈ, ਸੋ ਫੋਨ ਲੱਗਾ ਚਾਰਜ ਮੇਰੇ ਹਿਸਾਬ ਨਾਲ। ਬੰਦੇ ਹੌਲੀ ਹੌਲੀ ਉੱਠਦੇ ਆਉਣ ਡੇ ਆ, ਪਰ ਇਹ ਕਿ ਜਿਹਦੇ ਮਨ 'ਚ ਹੋਵੇ ਇਸ ਚੀਜ਼ ਦਾ ਸ਼ੌਂਕ, ਮੈਂ ਸਰੀਰ ਸੈੱਟ ਕਰਨਾ, ਬੰਦਾ ਉਹੀ ਟਾਈਮ ਸਿਰ ਉੱਠਦਾ, ਗੁਰੀਵੀਰ ਮਾਰ ਕੇ ਛਾਲ ਆਉਂਦਾ ਨਾ, ਬਾਕੀ ਮੰਨਾ ਗੋਰੀ ਸ਼ੇਰਾ ਇਹ ਬਾਈ ਨਾਲ ਸੁੱਤੇ ਆ, ਇਹਨਾਂ ਨੂੰ ਅਜੇ ਉਸ ਚੀਜ਼ ਦਾ ਇੰਨਾ ਸ਼ੌਂਕ ਹੈ ਨਹੀਂ ਹੈ ਨਾ। ਲੇਕਿਨ ਇਹਨੂੰ ਕਹਿੰਦਾ ਨਾ, ਮੈਂ ਤੁਹਾਨੂੰ ਸਭ ਕੁਝ ਮਿਲਦਾ ਅਤੇ ਤੁਸੀਂ ਤਾਂ ਵੀ ਨਹੀਂ ਜਿੰਮ ਲਾਉਂਦੇ ਹੈ ਨਾ, ਤਾਂ ਵੀ ਨਹੀਂ ਤੁਸੀਂ ਉਸ ਚੀਜ਼ ਦੀ ਕਦਰ ਘੱਟ ਕਰਦੇ ਜੇ ਹੈ ਨਾ, ਧੱਕੇ ਤੋਂ ਕਿਰਾ ਖੜਨਾ ਪੈਂਦਾ ਜੇ ਇਹਨਾਂ ਨੂੰ, ਮੈਂ ਨਾ ਇੱਦਾਂ ਮਿਹਨਤ ਤਾਂ ਨਹੀਂ ਮਾਰਨਾ, ਇਹ ਮੇਰੇ ਨਾਲ ਜਾਣ ਹੀ ਨਾ। ਹੁਣ ਤਾਂ ਗੋਰੀ ਦਾ ਜਿੰਮ ਸ਼ੁਰੂ ਕਰਾਤਾ ਮੈਨੂੰ, ਕਿਹਾ ਮੈਂ ਤੂੰ ਯਾਰ ਜਿੰਮ 'ਚ ਜਾਣਾ ਤਾਂ ਹੈਗਾ, ਮੈਂ ਤਾਂ ਬਾਹਰ ਪੈ ਕੇ ਫੋਨ ਚਲਾ ਲੈਂਦਾ ਗੋਰੀ ਨੂੰ ਕਿਹਾ, ਮੈਂ ਅੰਦਰ ਜਾ ਜਿਹੜਾ ਤੇਰਾ ਜੀ ਕਰਦਾ ਵਰਕਆਊਟ ਕੁਛ ਤਾਂ ਕੁਛ ਤਾਂ ਕਰ, ਮੈਂ ਤਾਂ 1/2 ਘੰਟਾ ਕੁਛ ਨਾ ਕੁਛ ਵਰਕਆਊਟ ਭਾਵੇਂ ਫੋਨ 'ਤੇ ਲੱਗ ਲੱਗ ਕੇ ਕਰ, ਸ਼ੁਰੂ ਕਰ, ਸ਼ੁਰੂ ਕਰਵਾ ਦਿੱਤਾ ਹੁਣ ਅਤੇ ਵੇਖੋ। ਪਰ ਮੈਨੂੰ ਕਈ ਨਾ ਸੋਚ ਕੇ ਹੈਰਾਨ ਨਹੀਂ ਹੁੰਦੀ, ਕਈ ਵੀਰਾਂ ਦੇ ਮੈਨੂੰ ਮੈਸੇਜ ਹੁੰਦੇ ਕਿ ਵੀਰ ਸਾਡੇ ਕੋਲ ਜਿੰਮ ਦੀ ਫੀਸ ਭਰਨੇ ਪੈਸੇ ਨਹੀਂ, ਸਾਡਾ ਜੀ ਬੜਾ ਕਰਦਾ ਲਾਉਣ ਨੂੰ, ਅਤੇ ਉਹ ਇਹ ਉਹ ਬੰਦੇ ਆ ਜਿਹਨਾਂ ਸਭ ਕੁਛ ਹੁੰਦਿਆਂ ਆ ਵੀ, ਅਤੇ ਤਾਂ ਵੀ ਨਹੀਂ ਜਿੰਮ ਨੂੰ ਜਾਂਦੇ। ਲੈ ਬਈ ਲਿਆ ਜਾਣਾ ਸਾਡੇ ਨਾਲ, ਛੇਤੀ ਕਰ ਫਿਰ, ਝਿੱਟ ਮਾਰ ਝਿੱਟ, ਸੌਣਾ ਹੀ ਉੱਥੇ ਜਾ ਕੇ ਤੂੰ, ਰੈਸਟ ਕਰ ਲੈਣੇ ਤੇ ਹੈ ਓਏ, ਉੱਥੇ ਇੱਥੇ ਕਰੋ, ਚਲਾ ਚੱਲੀਏ ਫਿਰ ਮਿੱਤਰਾ, ਚਲੀਏ ਫਿਰ ਜਿੰਮ ਨੂੰ। ਸ਼ੇਰਾ ਵੀ ਹੋਣ ਡਿਆ ਪਿਆ ਰੈਡੀ, ਗੱਲ ਕਰੀ ਦੀ ਕਿਤੇ ਕਰਮਾਂ 'ਚ ਜਾਣਾ ਲਿਖਿਆ ਹੈ, ਕਰਮਾਂ 'ਚ ਨਾ ਦਾਣਾ ਪਾਣੀ ਨਾ ਕਿਤੇ ਪੈਂਡਾ ਤੈਅ ਕਰਨਾ ਲਿਖਿਆ, ਉਹਦੇ ਕਿੱਥੋਂ ਬੰਦਾ ਉੱਠੇ ਹੈ ਨਾ, ਇਹ ਉਹੀ ਸਵਾਵੇ ਅਤੇ ਉਹੀ ਜਗਾਵੇ, ਉਹਦੀਆਂ ਮਿਹਰ ਅੰਦਰ ਬੰਦਾ ਤੁਰਿਆ ਫਿਰਦਾ, ਇਹ ਤਾਂ ਕੁਛ ਵੀ ਨਹੀਂ ਆਪਾਂ ਵੈਸੇ ਸੋਚਿਆ ਜਾਵੇ ਨਾ, ਬੰਦਾ ਸੋਚਦਾ ਮੈਂ ਇੱਦਾਂ ਮੈਂ ਉੱਦਾਂ, ਆਪਾਂ ਕੁਝ ਵੀ ਨਹੀਂ ਆ। ਕੀ ਪੁੱਤ ਆਏ ਹਾਏ ਕਿੱਦਾਂ ਫਿਰ, ਲੈ ਵੀ ਅੱਜ ਆਪਾਂ ਲੈ ਕੇ ਜਾਵਾਂਗੇ ਥਾਰ, ਇਹ ਥਾਰ ਨਹੀਂ ਚਲਾਉਂਦੇ, ਥਾਰ ਵੀ ਚਲਾਉਂਦੇ ਤਾਂ ਆਉਣੀ ਕਿਉਂ ਨਹੀਂ, ਸਰਪੰਚ ਜਾਈ ਚਲਾਉਂਦਾ ਵੀ ਮਿੱਤਰਾ, ਆਹ ਤੇ ਚੱਲ ਯਾਰ ਜੇ ਮੈਨੂੰ ਅੱਜ ਪੂਰੇ ਸਹੀ ਟਾਈਮ ਦੇ ਨਿਕਲੇ ਗੁਰੂ ਵੀਰ, ਆਪਾਂ 6:30 ਹੋਏ, 6:30 ਅੱਜ ਆਪਾਂ 8 ਵਜੇ ਤੈਨੂੰ ਘਰੇ ਆ ਜਾਣਾ, ਵੇਖੀ ਕੀ ਹੋ ਗਿਆ ਹੈ,
ਆਹ ਗੱਡੀਆਂ ਨਾ ਚਲਾਉਂਦਾ ਨਤੀਜਾ ਹੀ ਜੇ ਚੱਲਦੀਆਂ ਨਾ ਤੇ ਆਹ ਕੰਮ ਕਦੀ ਨਾ ਹੋਵੇ ਹਵਾ ਦਾ ਨਿਕਲ ਲੈਣ ਦੇ ਹੌਲੀ ਹੌਲੀ ਬਾ ਹੌਲੀ ਹੌਲੀ ਸ਼ੇਰ ਤੂੰ ਤਾਂ ਹਵਾ ਨਿਕਲ ਦੇਣ ਡਿਆ ਕਾਹਦਾ ਗੁੱਸਾ ਹੈ ਕੋਈ ਨਹੀਂ ਆਜੂਗੀ ਵਾਪਸ ਨਾਲ ਦੀ ਹੈ ਓਏ ਵੀ ਰਾਣੀ ਸੁੰਦਰਾ ਹੁਣ ਸਰਪੰਚ ਕੋ ਸੂਤਰ ਆਉਂਦੀ ਹੈ ਹੈ ਸਰਪੰਚ ਨਹੀਂ ਗਰਮ ਗਰਮ ਹੁੰਦਾ ਉਹ ਟਿਚਿੰਗ ਮਚਿੰਗ ਕਰਾ ਕੇ ਰੱਖਦਾ ਆਪਾਂ ਚਲਾਉਂਦੇ ਘੱਟ ਆ ਨਾ ਜੇ ਚੱਲਦੀਆਂ ਨੇ ਗੱਡੀਆਂ ਫਿਰ ਹੀ ਤੈਨੂੰ ਪਤਾ ਸੂਤਰ ਰਹਿੰਦੀਆਂ ਆਹ ਖਿਲਾਰ ਹੁੰਦਾ ਨਤੀਜਾ ਵੇਖ ਲਓ ਤਾਂ ਕਰਕੇ ਆਪਾਂ ਇਹਨੂੰ ਇੱਕ ਟਾਈਮ 'ਚ ਕੱਢਿਆ ਕੱਢਿਆ ਕਰਨਾ ਰੋਜ਼ ਹੁਣ ਵੀ ਮਿੱਤਰਾ ਵਰਕਆਊਟ ਹੋ ਗਿਆ ਯਾਰਾਂ ਦਾ ਓਕੇ ਰਿਪੋਰਟ ਚੱਲੀਏ ਘਰ ਜਾ ਕੇ ਭੁੱਖ ਬੜੀ ਲੱਗੀ ਸ਼ੇਰਾ ਪਹਿਲਾਂ ਗੱਡੀ ਮਿਲ ਜਾਂਦਾ ਜੀ ਹੈਂ ਅਸੀਂ ਤਾਂ ਬਾਹਰ ਆ ਕੇ ਮਾੜੀ ਮੋਟੀ ਇੱਕ ਅੱਧੀ ਫੋਟੋ ਸ਼ੋਟੋ ਖਿੱਚਣੀ ਨਹੀਂ ਪਰ ਇਹਨੂੰ ਭੁੱਖ ਲੱਗੀ ਜ਼ਿਆਦਾ ਮਿੰਟੋ ਮਿੰਟ ਗੱਡੀ ਮੋੜ ਡਿਆ ਸਾਨ ਘਰ ਜਾ ਕੇ ਬਸ ਨੱਪ ਜਾਣੀ ਕਿੱਲੀ ਤੁਹਾਨੂੰ ਵਿਖਾਊਂਗਾ ਦਾ ਸਿਸਟਮ ਇੱਥੋਂ ਬਸ ਹੁਣ ਜਾਂਦਿਆਂ ਨੇ ਲਾ ਗੱਡੀ ਚੱਲ ਰਸੋਈ 'ਚ ਉੱਠ ਗਏ ਉਹਨੇ ਗਰਮ ਹੋ ਗਈ ਸੀ ਅੱਜ ਇੰਨਾ ਗੁੱਸਾ ਸਾਡੇ ਨਾਲ ਚਲਾਉਂਦੇ ਨੇ ਤੈਨੂੰ ਹੈ ਗੁੱਸਾ ਕਰਕੇ ਬਹਿ ਗਈ ਕੋਈ ਟੈਨਸ਼ਨ ਨਾ ਲੈ ਤੈਨੂੰ ਧੋਂਦੇ ਵੀ ਆ ਤੈਨੂੰ ਚਲਾਉਂਦੇ ਵੀ ਆ ਟੈਨਸ਼ਨ ਨਾ ਲੈ ਲੈ ਵੀ ਮਿੱਤਰਾ ਪਹੁੰਚ ਗਈ ਘਰੇ ਉੱਥੇ ਲਾ ਦੇ ਆਪਾਂ ਰੂਬੀ ਕਨ ਕੱਢਣੀ ਬਾਅਦ ਚੋਂ ਮੇਰੀ ਫਿਰ ਨਹਾਈਏ ਧੋਈਏ ਨਿਕਲੀਏ ਟਾਈਮ ਸਿਰ ਬਾਅਦ ਚੋਂ ਫਿਰ ਲੇਟ ਹੋ ਗਿਆ ਨਾ ਕੱਲ੍ਹ ਨੂੰ ਫਿਰ ਕਿਤੇ ਜਾਣ ਨੂੰ ਜੀ ਨਹੀਂ ਜੇ ਕਰਨਾ ਕਹਿੰਦੇ ਕਿ ਉੱਪਰ ਨੇ ਨੱਪਦੀ ਜੇ ਕਿੱਲੀ ਆਉਂਦੇ ਆ ਜੀ ਹੈ ਜਿਹੜੇ ਮੈਕਸੇ ਲਾਉਣ ਡਿਆ ਮੈਨੂੰ ਪੁੱਛੀ ਕਿੰਨੀ ਕੁ ਰਹਿ ਗਈ ਆ ਮੈਨੂੰ ਉਹ ਸੋਚ ਗਈ ਮੈਂ ਹਾਂ ਮੈਂ ਤੈਨੂੰ ਭੁੱਖ ਲੱਗ ਗਈ ਉਹ ਇਹ ਜਿਮ ਦੇ ਅੰਦਰ ਇਹ ਘੱਟ ਵੱਧ ਹੀ ਹੁੰਦਾ ਹੁੰਦਾ ਹੈਂ ਟਹਿਲਦਾ ਫਿਰ ਮੇਰੇ ਲਾਗੇ ਲਾਗੇ ਪਹਿਲਾਂ ਮੈਂ ਵੇਖਾਂ ਮੈਂ ਯਾਰ ਗੱਲ ਕੀ ਆ ਮੈਂ ਸੋਚਿਆ ਮੈਂ ਸ਼ਾਇਦ ਸ਼ੇਰੇ ਦਾ ਜੈਕਸੇ ਲਾਉਣ ਨੂੰ ਜੀ ਕਰਾਇਆ ਤਾਂ ਟਹਿਲਦਾ ਫਿਰਦਾ ਕਿ ਵੇਖਾਂ ਕਿੱਥੋਂ ਸ਼ੁਰੂ ਕਰਨੀ ਹੈ ਕਰਦਾ ਕਰਾਉਂਦਿਆਂ ਸ਼ੇਰਾ ਮੇਰੇ ਲਾਗੇ ਹੀ ਆ ਗਿਆ ਅਤੇ ਲੈ ਮੂਣ ਕਿੰਨੀ ਕੁ ਸੱਟ ਰਹਿ ਗਈ ਮੈਂ ਭੁੱਖ ਲੱਗੀ ਆ ਕਹਿੰਦਾ ਬੜੀ ਭੁੱਖ ਲੱਗੀ ਮੈਂ ਚੱਲ ਚੱਲੀਏ ਫਿਰ ਮੈਂ ਇਹਦੇ ਕਰਕੇ ਐਕਸਰਸਾਈਜ਼ ਵਿੱਚ ਛੱਡ ਆਇਆ ਮੈਂ ਚੱਲ ਕੋਈ ਨਹੀਂ ਸ਼ਾਮ ਨੂੰ ਕਸਰ ਕੱਢ ਲਾਂਗੇ ਹਾਂ ਬਈ ਪੈਂਸਰੂ ਕਿੱਦਾਂ ਮੇਰਾ ਪੁੱਤ ਲੈ ਵੀ ਮਿੱਤਰਾ ਗੁਰੂ ਬਾਹਰ ਦਾ ਪਾਠ ਆਪਾਂ ਕਰ ਲਿਆ ਜੇ ਅਤੇ ਪਾਠ ਕਰਦਿਆਂ ਕਰਦਿਆਂ ਨਾ ਮੇਰੇ ਮਨ 'ਚ ਗੱਲ ਚੱਲਣ ਦੀ ਇੱਕ ਆਮ ਹੀ ਵੀਰਾਂ ਭਰਾਵਾਂ ਦੇ ਮੈਸੇਜ ਹੁੰਦੇ ਹੁੰਦੇ ਉਹ ਗੱਲ ਨੂੰ ਲੈ ਕੇ ਮੇਰੇ ਦਿਮਾਗ 'ਚੋਂ ਗੱਲ ਆਈ ਕਿ ਤਕਰੀਬਨ ਆਪਾਂ ਜਦੋਂ ਵੀ ਰੱਬ ਨੂੰ ਯਾਦ ਕਰਦੇ ਹਾਂ ਆਪਾਂ ਦੁੱਖ 'ਚ ਹੈ ਨਾ ਜਦੋਂ ਤਕਲੀਫ 'ਚ ਫਿਰ ਯਾਦ ਕਰਦੇ ਹੈ ਨਾ ਉੱਦਾਂ ਆਪਾਂ ਨੂੰ ਕਿੱਥੇ ਯਾਦ ਅਤੇ ਮੇਰੇ ਹਿਸਾਬ ਨਾਲ ਕਦੀ ਧੰਨਵਾਦ ਕਰਨ ਲਈ ਆਪਾਂ ਨੇ ਯਾਦ ਕੀਤਾ ਹੋਣਾ ਹੈ ਨਾ ਅਤੇ ਗੱਲ ਕਰੀਏ ਕਿ ਜੇ ਆਪਾਂ ਨੂੰ ਰੱਬ ਆਪਣੀਆਂ ਤਾਂ ਗੱਲਾਂ ਮੰਨ ਲੈਂਦਾ ਇੱਕ ਗੱਲ ਆਪਣੀ ਨਹੀਂ ਕਿਤੇ ਮੰਨਦਾ ਨਾ ਆਪਾਂ ਜੋ ਸੋਖਦੇ ਹਾਂ ਆਪਣੀ ਸਾਰੀ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਕਿਤੇ ਨਹੀਂ ਹੁੰਦੀ ਅਤੇ ਆਪਾਂ ਰੱਬ ਨਾਲ ਵੀ ਗਿਲੇ ਸ਼ਿਕਵੇ ਕਰਨ ਲੱਗ ਪਏ ਨੇ ਆਪਾਂ ਇਹ ਭੁੱਲ ਜਾਂਦੇ ਕਿ ਜੇ ਉਹ ਦੱਸ ਵੀ ਨਾ ਦਿੰਦਾ ਤਾਂ ਫਿਰ ਆਪਾਂ ਕੀ ਕਰਦੇ ਹੈ ਨਾ ਕਿ ਰੱਬ ਨਾਲ ਗਿਲਾ ਸ਼ਿਕਵਾ ਨਾ ਰੱਖਿਆ ਕਰੋ ਇਹ ਇੱਥੇ ਆਪਣੇ ਲੋਕ ਰੱਬ ਨੂੰ ਵੀ ਟੱਬ ਦਿਨ ਛੱਡਿਆ ਪੈਂਦੇ ਆ ਹੈ ਨਾ ਕਿ ਲੋਕਾਂ ਵਾਲਾ ਵਤੀਰਾ ਰੱਖਦੇ ਰੱਬ ਨਾਲ ਵੀ ਕਿ ਜੇ ਰੱਬ ਨੇ ਸਾਨੂੰ ਵਾਹਣ ਦਿੱਤਾ ਤਾਂ ਉਹ ਜਿਹੜੀ ਪਿਛਲੀਆਂ ਚੀਜ਼ਾਂ ਦਿੱਤੀਆਂ ਹੁੰਦੀਆਂ ਉਹ ਵੀ ਚੇਤਾ ਬੁਲਾ ਲੈਂਦੇ ਹੈ ਨਾ ਜਿਹੜਾ ਇੰਨਾ ਕੁਛ ਆਪਾਂ ਨੂੰ ਦਿੱਤਾ ਹੁੰਦਾ ਵਾ ਉਹ ਸਭ ਕੁਛ 'ਤੇ ਮਿੱਟੀ ਪਾ ਦਿੰਦੇ ਆ ਜੇ ਇੱਕ ਚੀਜ਼ ਨਹੀਂ ਦਿੱਤੀ ਇਹ ਸੋਚਿਆ ਕਰੋ ਜੇ ਉਹਨੇ ਨਹੀਂ ਦਿੱਤੀ ਨਾ ਆਪਾਂ ਨੂੰ ਉਹ ਆਪਣੇ ਚੰਗੇ ਲਈ ਕੀਤਾ ਹੋਊਗਾ ਕੁਛ ਹੈ ਨਾ ਰੱਬ ਨਾਲ ਨਾ ਇੱਦਾਂ ਕਰਿਆ ਕਰੋ ਅਤੇ ਇੱਥੇ ਆਮ ਹੀ ਮੈਂ ਕਰਦੇ ਵੇਖੇ ਆ ਅਤੇ ਬਾਕੀ ਜੋ ਰੱਬ ਨੇ ਦਿੱਤਾ ਉਹਦਾ ਸ਼ੁਕਰਾਨਾ ਕਰਿਆ ਕਰੋ ਹੈ ਨਾ ਜਿਹੜੀਆਂ ਦੱਸ ਦਿੱਤੀਆਂ ਆਪਾਂ ਨੂੰ ਜੋ ਵੀ ਖੁੱਲੂਗਾ ਅਤੇ ਆਪਾਂ ਕੀ ਕਰ ਲਾਂਗੇ ਹੈ ਨਾ ਮੰਨਣਾ ਹਟ ਜਾਓਗੇ ਅਤੇ ਮੰਨਿਆ ਕਿਹੜਾ ਹਟ ਵੀ ਜਾਊਗੇ ਅਤੇ ਰੱਬ ਦੀ ਕਿਹੜੀ ਹੋਦ ਮਿਟ ਜਾਣੀ ਇੱਥੇ ਬੜੇ ਤਰਕ ਕਰਨ ਵਾਲੇ ਨਾਸਤਕ ਬੜੇ ਬੜੇ ਹੋ ਚੁੱਕੇ ਆ ਅਤੇ ਜਿਹੜੇ ਇਹੋ ਜਿਹੇ ਇਹਨਾਂ ਦਾ ਖੁਰਾ ਖੋਜ ਮਿਟ ਜਾਂਦਾ ਵਾ ਰੱਬ ਨੂੰ ਕੋਈ ਫਰਕ ਨਹੀਂ ਪੈਣਾ ਹੁੰਦਾ ਹੈ ਨਾ ਐਵੇਂ ਨਾ ਰੱਬ ਨਾਲ ਗੁੱਸੇ ਗਿਲਿਆ ਕਰਿਆ ਕਰੋ ਜੋ ਦਿੱਤਾ ਵਾ ਉਹਦਾ ਸ਼ੁਕਰਾਨਾ ਕਰਿਆ ਕਰੋ ਜੇ ਉਹ ਵੀ ਦਿੰਦਾ ਤਾਂ ਫਿਰ ਆਪਾਂ ਕੀ ਕਰ ਲੈਂਦੇ ਹੈ ਨਾ ਇਹ ਹੈ ਕਿ ਜਿੰਨੀ ਉਹਨੇ ਦਿੱਤੀ ਉਹਦੀ ਰਜ਼ਾ 'ਚ ਰਹਿਣਾ ਜੋ ਉਹਨੇ ਕਰਤਾ ਉਹਦਾ ਭਾਣਾ ਮੰਨਣਾ ਕਿ ਆਪਣੇ ਚੰਗੇ ਲਈ ਕੀਤਾ ਹੋਵੇ ਮੇਰੀ ਜ਼ਿੰਦਗੀ ਦਾ ਤਜਰਬਾ ਮੇਰੀ ਜ਼ਿੰਦਗੀ ਜੋ ਕੁਛ ਵੀ ਪਿੱਛੇ ਜਿੰਨੀ ਮੈਂ ਜੀ ਕੇ ਆਇਆ ਜ਼ਿੰਦਗੀ ਅੱਜ ਤੱਕ
ਕਿਤੇ ਕਿਤੇ ਮੈਨੂੰ ਲੱਗਦਾ ਕਿ ਯਾਰ ਆਹ ਚੀਜ਼ ਮੇਰੇ ਨਾਲ ਨਹੀਂ ਹੋਣੀ ਚਾਹੀਦੀ। ਸਾਲ ਬਾਅਦ ਪਤਾ ਲੱਗਦਾ ਕਿ ਨਹੀਂ ਯਾਰ ਉਹ ਜੋ ਰੱਬ ਨੇ ਉਸ ਟਾਈਮ 'ਤੇ ਕੀਤਾ ਸੀ ਤਾਂ ਬਹੁਤ ਹੀ ਵਧੀਆ ਕੀਤਾ ਹੈ। ਇਸ ਕਰਕੇ ਉਹਦੇ ਘਰ ਜ਼ਰੂਰ ਜਾਇਆ ਕਰੋ ਅਤੇ ਐਵੇਂ ਨਾ ਗਲੇ ਸ਼ਿਕ ਵੀ ਰੱਖਿਆ ਕਰੋ ਰੱਬ ਦੇ ਨਾਲ ਵੀ। ਆਹੋ ਬਾਬਾ ਚੱਲੀਏ, ਤੈਨੂੰ ਖੜਨਾ ਨਹੀਂ ਭਰਾਵਾ, ਲਾਮਾ ਖੜ ਲੈਣਾ, ਤੂੰ ਰਹੇਗਾ ਪਿੰਡ ਪਿੰਡ ਹੀ ਹੁਣ। ਹੈਂ ਇਹ ਹਜੇ ਵੀ ਨਹੀਂ ਸੁਧਰਿਆ, ਆਪਾਂ ਉਹ ਬੰਦਿਆਂ ਦਾ ਹੌਲੀ ਹੌਲੀ ਖੇੜਾ ਛੱਡ ਦੇਣਾ ਵੀਰ ਜੀ, ਆਪਾਂ ਕਹਿ ਤੋਂ ਬਦਨਾਮੀ ਕਰਾਈਏ ਨਾਲ ਫਰੀ ਖਾਤੇ। ਲੈ ਵੀ ਮਿੱਤਰਾ ਚੱਲੀਏ ਸ਼ਹਿਰ ਨੂੰ, ਜਿਹੜੇ ਬੰਦੇ ਸਨੈਪਚੈਟ 'ਤੇ ਨਹੀਂ ਫੋਲੋ ਕਰਦੇ ਕਿਤੇ ਕੀਤਾ ਉਹਨਾਂ ਤੁਹਾਨੂੰ ਚੀਜ਼ ਵਿਖਾਉਣੀ ਲਹਿਰ ਵਾਲੀ, ਥੋੜ੍ਹੇ ਦਿਲ ਦੀ ਰਾਣੀ ਵਾਲੇ ਬੰਦੇ ਫੜ ਕੇ ਬੈਠਾ ਮੁੱਕਰਦੇ ਸੀ। ਨਿਕਲ ਆਈਆਂ ਨਾ, ਨਿਕਲ ਆਈਆਂ ਕਿ ਨਹੀਂ ਨਿਕਲ ਆਈਆਂ? ਨਹੀਂ ਨਿਕਲੀਆਂ, ਉਹ ਐਡ ਹੀ ਨਹੀਂ ਜਦੋਂ ਕੋਈ ਮੇਰੇ ਨਾਲ ਉਸ ਚੈਟ 'ਚ ਸ਼ੋਅ ਹੁੰਦੀ ਆ ਕੁੜੀਆਂ 10 12 ਜਾਣੀਆਂ ਤੇ ਹੈ ਦੱਸਦਾ ਨਹੀਂ ਕੁੜੀਆਂ, ਰਾਜੇ ਜ਼ਿਆਦਾ ਕੁੜੀਆਂ ਹੋਏ ਫਿਰਦੇ ਆ ਤੇ। ਚਲੋ ਚਲੀਏ ਯਾਰ, ਆਓ ਚਲੀਏ ਵੀ ਮਿੱਤਰਾ, ਚਲੀਏ ਸ਼ਹਿਰ ਨੂੰ, ਵੇਖ ਕੇ ਰਾਣੀ ਦੇ ਨਾ ਬੰਪਰ ਜਿਹੇ ਯਾਰ ਤੇ ਲਵਾ ਦੇਣੇ ਆ ਅਤੇ ਜਾਂ ਫਿਰ ਲਵਾ ਆਹ ਤਾਂ ਲਵਾਉਣੇ ਪੈਣੇ ਕਿਉਂਕਿ ਕੱਦੂ ਦੇ ਵਿੱਚ ਵੱਜਣੇ ਵੱਜਣੇ ਆ, ਥੋੜ੍ਹੇ ਦਿਨ ਇੱਦਾਂ ਚਲਾਉਣੀ ਪੈਣੀ ਆਪਾਂ ਨੂੰ ਹੈ ਨਾ। ਉਸ ਤੋਂ ਬਾਅਦ ਵੇਖ ਲਾਂਗੇ ਵੀ ਨੌਕ ਨੂੰ ਕਹਿ ਟੋਟੇ ਨਾਲ ਦੇ, ਇਹ ਸਾਰਾ ਵੀ ਨਵਾਂ ਹੀ ਪੈਣਾ ਵਾ। ਉਹ ਕੱਦੂ ਦੇ ਵਿੱਚ ਜੇ ਗਾਲਲੇ ਫੈਂਟਰ ਘੱਟ ਵੱਜਦੇ, ਪਿਛਲੇ ਜ਼ਿਆਦਾ ਵੱਜਦੇ ਹੈ ਨਾ ਜਦੋਂ, ਅਤੇ ਬਾਕੀ ਵੇਖ ਲਾਂਗੇ ਲੱਭ ਕਿਉਂਕਿ ਗਾਲਲਾ ਫੈਂਟਰ ਲਵਾ ਤਾ ਤੇ ਇਹ ਨਾ ਵੇ ਬਾਅਦ ਚੋਂ ਜਿਹੜਾ ਤਾਂ ਸਾਰਿਆਂ ਦਾ ਜਗਾੜ ਜਿਹਾ 'ਚ ਪਾਣੀ ਪੂਣੀ ਚੱਲ ਜੇ, ਬੜੇ ਹਿਸਾਬ ਦਾ ਆਪਣਾ ਲਵਾ ਕੇ ਵੇਖਣੇ ਪੈਣੇ ਆ। ਆਹ ਵੇਖੀ ਬਣਿਆ ਪਿਆ ਅੰਦਰ, ਇਹਦੇ ਵਿੱਚ ਤਾਂ ਕੋਈ ਮਿੱਟੀ ਗਈ ਗੁਰੂ ਆ। ਇਹ ਸ਼ਾਹ ਨੇ ਕਦੇ ਕੱਲ੍ਹ ਵੇਖਿਆ ਵਲੋਗ ਦੇ, ਉਹ ਕਹਿੰਦਾ ਭਾਅ ਜੀ ਇਹ ਲੱਜਣੀ ਡੰਡ ਅੰਦਰੋਂ ਇੱਕ ਨਾ ਧਵਾ ਲਓ, ਬਾਹਰੋਂ ਭਾਵੇਂ ਕੱਦੂ ਵਾਲੇ ਵਲੋਗਾਂ ਤੋਂ ਬਾਅਦ ਕਰਾ ਲਿਓ। ਮੈਂ ਫਿਰ ਚੱਲਦੇ ਹਾਂ ਸੈਰ ਕੋ, ਨਾਲੇ ਇੱਕ ਦੋ ਕੰਮ ਕਰਾਂਗੇ। ਪਾਰੇ ਚਲੇ ਯਾਰ, ਹੁਣ ਜਿਹੜੇ ਸੈਰ ਨੂੰ ਤੇ ਗੱਲ ਕਰੀ ਗੋਲੀ ਦੇ ਕਰਮਾਂ ਦੇ ਵਿੱਚ ਨਹੀਂ ਹੈਗਾ ਇਹ। ਇਹ ਬਾਬੇ ਨੂੰ ਅਸੀਂ ਧੱਕੇ ਨਾਲ ਨਹੀਂ ਲੈ ਕੇ ਆਇਆ, ਬਾਬੇ ਦਾ ਮੈਸੇਜ ਆਉਂਦਾ ਕਿ ਵੀਰ ਜੀ ਦੁੱਧ ਦਾ ਕੰਮ ਬਾਬੇ ਦਾ, ਤੁਸੀਂ ਲੱਗਦਾ ਵੀ ਛੁਡਾ ਦੇਣਾ, ਅਸੀਂ ਜੀ ਨਹੀਂ ਚਾਹੁੰਦੇ ਸਾਡੇ ਭਰਾ ਦੁੱਧ ਕੰਮ ਛੁੱਟੇ ਕਿਉਂਕਿ ਅਸੀਂ ਤਾਂ ਖੁਦ ਦੁੱਧ ਪੀਣਾ ਹੁੰਦਾ ਹੈ ਨਾ, ਤਾਂ ਕਰਕੇ ਕਿ ਇਹ ਅੱਜ ਵੀ ਇਹਨੂੰ ਕਿਹਾ ਅਸੀਂ ਤਾਂ ਸੁਲਾ ਮਾਰਨੀ ਮਾਰਨੀ, ਜਿਹੜਾ ਬੰਦਾ ਸਾਨੂੰ ਅਸੀਂ ਸਾਡੇ ਘਰ ਦੇ ਬਾਹਰ ਦੇਖ ਪਿਆ ਸਾਡੇ ਸੱਜਣਾ ਦੇ ਵਿੱਚੋਂ, ਅਸੀਂ ਤਾਂ ਕਹਿਣਾ ਕਿ ਵੀਰ ਜੀ ਉਹ ਚੱਲੀਏ, ਆਪਣਾ ਕੰਮ ਕਾਰ ਵੇਖਣਾ ਚਾਹੀਦਾ ਨਾ, ਅਸੀਂ ਆਪਣਾ ਕੰਮ ਕਾਰ ਵੇਖਣਾ, ਅਸੀਂ ਚੱਲੇ ਚੱਲੇ ਜਾਣਾ, ਅਸੀਂ ਤਾਂ ਆਪਣੇ ਸੌ ਕੰਮ ਕਰਕੇ ਆਉਣੇ ਹਾਂ। ਹੁਣ ਬਾਬਾ ਕਹਿੰਦਾ ਅਸ਼ਿਆ ਚੌੜੇ ਹੁੰਦੇ ਜੇ ਪੁੱਤ, ਦੱਸਣ ਤਾਂ ਡਿਆ ਵਾਂਗੇ ਉਹ ਛੋਟੇ ਮਾਮੂਲੀ ਜੀ ਸ਼ਹਿਰ ਆ ਮੇਰੇ ਕੀ ਪੰਪ ਮਾਰ ਕੇ ਸੂਆ ਟਪਾ ਤਾ ਵਾ, ਜਦੋਂ ਪੰਪ ਮਾਰ ਕੇ ਨਹਿਰ ਸੁੱਟ ਦੇਈਏ ਗੁਰੂਆ ਤੂੰ ਮਰ ਜਾਏਗਾ, ਤੂੰ ਡੁੱਬ ਜਾਣਾ, ਤਾਂ ਤਰ ਲੈਣੀ ਆਉਂਦੀ ਆ ਉਹ ਤੇਰਾ ਭਣਾ ਦੇ ਨਾਲੀਆਂ ਪਾਇਆ ਨਹਿਰਾਂ ਦੇ ਖਾਵਾਂ ਦੇ ਵੇਖੀ ਗੁਰੂ ਜੀ ਨੀ ਕਰਦਾ ਨਹਿਰ ਚੜਾਉਣ ਨੂੰ, ਉਦੋਂ ਗੁਰੂ ਲਾਲਾ ਸਾਹਿਬ ਕਿ ਪਾਣੀ ਨਾ ਸਾਫ਼ ਹੁੰਦਾ ਸੀ ਨਾ, ਅਸੀਂ ਬੜਾ ਨਹਾਉਂਦੇ ਰਹੇ ਗੁਰੂ, ਕੋਈ ਕੱਪੜੇ ਧੋਣ ਦੇ ਕੋਈ ਚਾਦਰਾ ਧੋਣ ਦਿੰਦਾ ਸੀ, ਪਰਲਾ ਸੂਆ ਬੰਦ ਕੀਤਾ ਨਾ ਉਹਦੇ ਕਰਕੇ ਜਿੱਦਾਂ ਬੁੜੀਆਂ ਕੱਪੜੇ ਕੁਪੜੇ ਧੋਣ ਆਉਂਦੀਆਂ ਉਹ ਹਟ ਗਈਆਂ ਹਨਾ, ਜਦੋਂ ਪਾਣੀ ਨਹੀਂ ਆਉਂਦਾ ਦੋ ਤਿੰਨ ਸਾਲ ਦੇ ਨਹਿਰ ਚ ਪਾਣੀ ਨਹੀਂ ਆਇਆ, ਬਾਅਦ ਘਰਾਟ ਵੀ ਬੰਦ ਹੋ ਗਏ ਉਹਦੇ ਚੱਕਰ ਦੇ ਵਿੱਚ, ਤੇ ਘਰਾਟ ਤੇਰੇ ਸਾਹਮਣੇ ਆਟਾ ਠੰਡਾ ਗੁਰੂ ਆ, ਮੈਂ ਨਾ ਕਾਹਨੂੰ ਗੱਲਾਂ ਦਾ ਕੰਮ ਸੀ ਕਈ ਨਾ ਬੰਦੇ ਦੀ ਨੀ ਗੱਲ ਨੀ ਗੱਲ ਕਰਦੀ ਕਿ ਵਿੱਚੇ ਕਿਉਂਕਿ ਇੰਨਾ ਹਰ ਕੇ ਪੰਪ ਤੇ ਕਿਹੜਾ ਛਾਪਾ ਪੈਂਦਾ ਕਿ ਤੇਲ ਪੈਟਰੋਲ ਉਹ ਵੀ ਪੈਟਰੋਲ ਉਹ ਵੀ ਪੈਟਰੋਲ, ਇਹਦੇ ਗੱਡੀ ਦੀ ਪਿਕਅਪ ਤੇ ਪਤਾ ਲੱਗਦਾ ਤੇ ਐਵਰੇਜ
ਜੇ ਆਪਾਂ 95 ਪਾਉਂਦੇ ਹਾਂ ਤਾਂ ਐਵਰੇਜ ਵੀ ਸੋਹਣੀ ਦਿੰਦੀ ਗੱਡੀ ਅਤੇ ਪਿਕਅਪ ਵੱਧ ਜਾਂਦੀ। ਜੇ ਤੇਲ ਦੂਜਾ ਪਾ ਲਈਏ ਐਵਰੇਜ ਸੁੱਟ ਜਾਂਦੀ ਅਤੇ ਪਿਕਅਪ ਵੀ ਡਾਊਨ ਕਰ ਜਾਂਦੀ। ਸਾਹਿਬ ਲੱਗ ਜਾਂਦਾ ਅਸੀਂ ਲੀਟਰ ਤੋਂ ਤਾਂ ਉੱਧਰ ਤੁਹਾਡੇ ਸਾਹਮਣੇ ਕਿੰਨਾ ਫਰਕ ਪੈ ਗਿਆ ਸੀ, ਇਹਦੇ ਕਿੱਥੇ ਝੂਟਾ ਮਾਰਦੇ ਪਿਛਾਂ ਨੂੰ ਖਿੱਚ ਕੇ ਭਾਈ ਦੇ ਨਹੀਂ ਸਹੀ ਗੱਲ। ਇਹਦਾ ਕਲਚ ਪਲੇਟ ਉੱਡ ਗਈ ਨਹੀਂ ਕੁੜੀ ਵੀ ਧੱਕਾ ਹੋ ਗਿਆ ਕੁੜੀ ਵੀਰ ਆਪਣੇ ਨਾਲ। ਇਹ ਪੰਪ ਦੀ ਮੇਰੇ ਸਾਹ ਐਵਰੇਜ ਨਹੀਂ ਹੈਗੀ, ਮੰਨ ਭਾਵੇਂ ਨਾ ਮੰਨ। 8121 ਰੁਪਏ ਦਾ ਤੇਲ ਪਿਆ ਤੇ 293 ਕਿਲੋਮੀਟਰ ਦੀ ਐਵਰੇਜ ਸ਼ੋਅ ਕਰਨ ਦੀ ਟੈਂਕੀ ਫੁੱਲ ਭਰਾ ਕੇ, ਮਤਲਬ ਕਿ 300 ਕਿਲੋਮੀਟਰ ਵੀ ਨਹੀਂ ਚੱਲੂਗੀ ਤੂੰ। ਮਾੜੀ ਗੱਲ ਚੱਲ ਕੇ ਭਾਵੇਂ ਵੱਜੇ ਵੱਜੇ ਪਰ ਮਾੜੀ ਗੱਲ ਆ, ਕਦੀ ਇੰਨੀ ਘੱਟ ਐਵਰੇਜ ਸ਼ੋਅ ਨਹੀਂ ਕੀਤੀ ਤੇ ਕਦੀ ਇਹਨੇ ਪਾਇਆ ਵੀ ਨਹੀਂ 7800 ਆਪਾਂ ਕਦੀ ਨਹੀਂ ਪਾਇਆ ਇੰਨਾ ਤੇਲ। ਹਾਂ ਮਤਲਬ ਕਿ 7800 ਆਪਣੇ 7600 ਤੱਕ ਅਸੀਂ ਪਾਉਂਦੇ ਰਹੇ ਹਾਂ ਤੇ ਅੱਜ ਇਹ ਚੱਲ ਕੇ ਪਤਾ ਲੱਗੂਗਾ ਹੁਣ ਕਿੰਨੇ ਕਿਲੋਮੀਟਰ। ਇਹ ਹੈਗੀ ਉਹ 13320 ਕਿਲੋਮੀਟਰ। ਹੁਣ ਆਪਾਂ ਜਦੋਂ ਖਾਲੀ ਉਦੋਂ ਭਰਾਉਣੀ ਚੇਤਾ ਰੱਖਿਓ ਮਾੜਾ ਜਿਹਾ, 13320 ਮਾੜਾ ਨੋਟਸ ਲਿਖ ਲਓ ਮੈਨੇ ਭਲਾ ਕਿੰਨੀ ਆਪਦੇ ਕੱਢਦੀ ਹੈ। ਗੱਲ ਕੀ ਆ ਪੰਗਾ ਲੈ ਕੇ ਫਸ ਗਿਆ ਨਾ ਰਾਣੀ ਸੁੰਦਰਾ ਦੀ ਕਰਾਉਣ ਡੇ ਵਾਸ਼ਿੰਗ, ਵੈਸੇ ਬਾਹਰੋਂ ਧੋਣ ਦੀ ਲੋੜ ਕੋਈ ਨੀ ਸੀ, ਫੈਂਡਰਾਂ ਹੀ ਲਵਾ ਦੇਣੇ ਅੱਜ ਸਾਰੇ ਹੀ। ਸ਼ਾਹ ਵਿੱਚ ਤੱਕ ਮਿੱਟੀ ਗਈ ਹੋ ਅੰਦਰੋਂ ਕੱਢਣੀ ਪੈਣੀ ਇੱਕ ਆਸਟੀ ਆਵਾਜ਼ ਕਰਦੇ ਕਰਾਂ ਲੈ ਵੀ ਕੰਮ ਚਿੱਟੋ ਚਿੱਟੀ ਕਰਤਾ ਗੋਪੀ ਨੇ ਜੀ। ਮਿੱਤਰਾ ਲਾਸਟ ਵਾਸ਼ਿੰਗ ਹੈ, ਇਸ ਤੋਂ ਬਾਅਦ ਕਰਾਵਾਂਗੇ ਕੱਦੂ ਵਾਲੇ ਬਲੋਕਾਂ ਤੋਂ ਬਾਅਦ ਹੀ, ਅਤੇ ਅੱਜ ਆਪਾਂ ਇਹਦੇ ਆਹ ਲਵਾ ਦੇਣੇ ਵਿਗਾੜ ਜਾ ਨਾ ਗਾੜ ਲਾ ਵੀ, ਅਤੇ ਬੰਪਰ ਆਪਾਂ ਔਡਰ ਕਰਤਾ ਵਾ, ਬੰਪਰ ਪਾ ਕੇ ਫਿਰ ਹੀ ਕੱਦੂ 'ਚ ਵਾੜਾਂਗੇ। ਛੋਟਾ ਬੰਪਰ ਪਾ ਕੇ ਨਾ ਉੱਦਾਂ ਰੇਡੀਏਟਰ 'ਤੇ ਨਾ ਸਾਰੀ ਮਿੱਟੀ ਵੱਜਣੀ ਜਾ ਜਾ ਕੇ, ਉੱਦਾਂ ਹੁਣ ਇਹਨੇ ਇੱਕਰਾ ਖੋਲ੍ਹ ਕੇ ਕੀ ਮਾਹੌਲ ਬਣਦਾ। ਜੇ ਲੋੜ ਪਈ ਠੀਕ ਆ ਉੱਦਾਂ ਬੰਪਰ ਆਪਣਾ ਆਜੂਗਾ ਦੋਵਾਂ ਛੋਆਂ ਦਿਨਾਂ ਦੇ ਵਿੱਚ ਵਿੱਚ, ਫਿਰ ਬੰਪਰ ਪਾ ਕੇ ਛੋਟਾ ਬੰਪਰ ਪਾ ਕੇ ਕਿਉਂਕਿ ਫੈਂਡਰ ਲਾਹ ਤਾ ਨਾ ਜਦੋਂ ਗਾੜੀਆਂ, ਅਤੇ ਇੱਥੇ ਲੰਡੀ ਜੀ ਹੋਣੀ ਗੱਡੀ 'ਚ ਤੱਕ ਤਾਂ ਆ ਜਾਣੀ ਹੈ ਨਾ, ਆਹ ਗਾੜ ਸਾਈਡਾਂ ਸਾਈਡਾਂ ਜੀ ਜ਼ਿਆਦਾ ਦਿਖਣ ਡਹਿ ਪੈਣੀਆਂ ਉਸ ਹਾਲ ਵੀ। ਮਿੱਤਰਾ ਥਾਰ 'ਤੇ ਜਾਏਂਗੇ, ਗੇੜੀ ਸ਼ੇੜੀ ਲਾਏਂਗੇ ਔਰ ਕੁਝ ਖਾ ਪੀ ਕੇ ਆਏਂਗੇ। ਥਾਰ ਵੈਸੇ ਨਾ ਗੱਲ ਕਵਾਂ ਵੇਚਣ ਵਾਲੀ ਨੀ ਹੈਗੀ, ਸ਼ਾਹ ਦੇ ਸ਼ਾਹ ਜਾਣ ਕੇ ਵੇਚਣ ਡਿਆ ਹੈ। ਚੱਲੀ ਕੋਖਣੀ 3300 ਕਿਲੋਮੀਟਰ ਚੱਲੀ ਹੈ ਮਿੱਤਰੋ, ਅਤੇ ਸ਼ਾਹ ਕਹਿੰਦਾ ਵੇਚ ਦੇਣੀ ਆ 25-26 ਲੱਖ ਰੁਪਈਆ ਲਾ ਕੇ, ਅਤੇ ਹੁਣ ਵੇਚਣ ਦੀ ਗੱਲ ਗਲਤ ਗੱਲ ਹੈ ਸ਼ਾਹ। ਜੇ ਕੁੜੀ ਨੇ ਮੁੰਡੇ ਦੀ ਫੋਟੋ ਵਿਖਾ ਦੀ ਨਾ ਉਹਨੇ ਹੁਣ ਚਲੋ ਮੰਨਿਆ ਮਾੜੀ, ਪਰ ਏਡੀ ਵੀ ਨੀ ਕਿਹਦੇ ਗੱਲ ਲੱਗਾ ਯਾਰ ਜੋ
ਜੋ ਉਹ ਜੋ ਬਣਾ ਕਿਉਂ ਕਹਿੰਦਾ ਖੁਰਪਦੇ ਮਾਰਾ ਨਾ ਕੱਟਾ ਬੜਾ ਦੋ ਰਨ ਹੁੰਦਾ ਤੂੰ ਐਵੇਂ ਨੀ ਨਹਾਉਂਦਾ ਵੱਟੀਆਂ ਲੱਗੀਆਂ ਗੱਲ ਸ਼ੁਰੂ ਹੋਈ ਬਾਬਾ ਕਹਿੰਦਾ ਕਿ 10,000 ਰੁਪਏ ਚਾਹੀਦਾ ਤੇ ਗੂਗਲ ਪੇ ਕਰ ਦੋ ਗੂਗਲ ਪੇ ਕਰਦਾ ਤੇ ਉਹ ਕਦੇ ਪੁਰਾਣਾ ਮੁੱਦਾ ਸੀ ਕੋਈ ਬਾਬੇ ਦਾ ਉਹ ਸਲਾ ਪੁੱਛਿਆ ਗਿਆ ਉਹ 2,500 ਪੂਰਾ ਹੁੰਦਾ ਦੂਜੀ ਗੱਲ ਇਹ ਮੈਂ ਸਾਲ ਨੂੰ ਆਖਿਆ ਵੀ ਰੇਟ ਵਧਿਆ 25,000 ਚੰਗਾ ਭਲਾ ਇੱਥੇ ਸੀਟ ਹੈਗੀ ਉੱਥੇ ਬੈਠਾ ਮਾਮਾ ਗਾੜੀ ਰੇਹੜੀ ਤੇ ਪਾਟੇ ਤੇ ਪਾਸੇ ਤੇ ਬੈਠਾ ਪਾਟੇ ਤੇ ਕਰਕੇ ਤੂੰ ਚੜਿਆ ਮਰਾਠਾ ਦੇ ਮੈਂ ਸਿੱਧਾ ਬੈਠਾ ਚੱਲ ਚੱਲ ਮੂੰਹ ਕੱਢਾ ਤੂੰ ਕਿੰਨਾ ਵਜਾਂਗਾ ਬਾਬੇ ਦੇ ਜਵਾਬ ਤੋਂ ਦਲਾਉਣ ਲੱਗ ਗਈ ਮੈਂ ਓਏ ਬਾਬਾ ਸੁਣਾ ਦਿੰਦਾ ਨਾ ਆਹਾਂ ਦੱਸੋ ਪਰ ਗੱਡੀ ਲੈ ਲਈ ਯਾਰ ਸ਼ਾਹ ਬਾਹਰ ਵਿੱਚ ਨੇ ਆਪਾਂ ਲੈ ਲਈਏ ਹੈ ਆਪਣੇ ਪਏ ਮਾਸਾ ਬਬਲਿੰਗ ਨੀ ਕਰਦਾ ਤੂੰ ਤਾਂ ਸਿਆਪੇ ਨੂੰ ਫੜਿਆ ਜਾਂਦਾ ਗੁਰੂ ਆ ਗੱਲ ਕਰਕੇ
ਕੁੜੀ ਲੱਗੀ ਭਰਾਵਾ ਮੇਰਾ ਕਹਿੰਦੇ ਨਾਨੂ ਕਿੱਥੇ ਨਾਨੂ ਵੀ ਇੱਥੇ ਹੀ ਆ ਕੇ ਨਾਨੂ ਕਿੱਥੇ ਜਾਣਾ ਅਸੀਂ ਇੱਥੇ ਤੱਕ ਖਾਣੇ ਇੱਥੇ ਹੀ ਅੰਮ੍ਰਿਤਸਰ ਤਰਨ ਤਾਰਨ ਵੱਧ ਤੋਂ ਵੱਧ ਚੰਡੀਗੜ੍ਹ ਦੇ ਵੱਧ ਤੋਂ ਵੱਧ ਲਾਗੇ ਬਣੇ ਕਿਤੇ ਘੁੰਮਣ ਚੱਲ ਜਾਂਗੇ ਬਸ ਇਹੋ ਜ਼ਿੰਦਗੀ ਸਾਡੀ ਇੱਥੇ ਕੀ ਰਹਿਣਾ ਇੰਨਾ ਕੁ ਦੇਣਾ ਸਾਡਾ ਬੰਦੇ ਬਾਹਰ ਕਨੇਡਾ ਭੇਜ ਕੇ ਮੇਲੇ ਉਹ ਤਾਂ ਕਹਿੰਦੇ ਸਾਡੇ ਦੇਸ਼ ਹੀ ਨਹੀਂ ਬਣਿਆ ਇਹ ਮੈਂ ਫਿਰ ਉਸੇ ਦੇਸ਼ 'ਚ ਆ ਜਿੱਥੇ ਆਪਾਂ ਰਹਿਣਾ ਪਸੰਦ ਕਰਦੇ ਹਾਂ ਕੋਈ ਹਾਲ ਨਹੀਂ ਯਾਰ ਉੱਥੇ ਉੱਥੇ ਕਰੂਗਾ ਕੀ ਬੰਦੇ ਦਾ ਸੋਚ ਕੇ 10-12 ਫੋਨ ਆ ਗਏ ਕਿੰਨੇ ਦਿਨਾਂ ਦੇ ਕੰਮ ਦਵਾ ਦੋ ਉਹ ਯਾਰ ਸਾਜਨ ਨੇ ਸਟੋਰੀ ਪਾਈ ਸੀ ਕਿਸੇ ਦੀ ਕੰਮ ਨਹੀਂ ਹੈਗਾ ਤੇ ਉਹ ਮੈਨੂੰ ਮੈਸੇਜ ਉਹ ਮੈਨੂੰ ਉਹਦੇ ਨਾਲ ਸੇਮ ਆਉਂਦੇ ਰਹਿੰਦੇ ਮੇਰਾ ਵੀਰ ਇੰਡੀਆ 'ਚ ਹੀ ਆ ਜਾਓ ਮੇਰੇ ਭਰਾ ਜੇ ਨਹੀਂ ਕੰਮ ਹੈਗਾ ਨੇ ਹਨਾ ਇੱਥੇ ਵੀ ਕੰਮ ਕਰਨਾ ਇੱਥੇ ਵੀ ਕੰਮ ਕਰਨਾ ਬਸ ਇਹ ਕਿ ਇੱਥੋਂ ਵਾਲੇ ਪੈਸਿਆਂ ਦਾ ਫਾਇਦਾ ਥੋੜ੍ਹਾ ਇੰਡੀਆ ਜ਼ਿਆਦਾ ਆ ਜਾਂਦਾ ਗੱਲ ਕਹਦੀ ਕਿ ਤੁਸੀਂ ਨਹੀਂ ਬਾਸ਼ੀ ਕਰਨੀ ਤੁਸੀਂ ਪੈਸੇ ਭੇਜਣੇ ਇੰਡੀਆ ਦੇ ਇੰਡੀਆ ਢਾਣਾ ਪਿੱਛੇ ਬੰਦੇ ਉਹਨਾਂ ਬਾਸ਼ੀ ਕਰਨੀ ਆ ਤੁਸੀਂ ਖਪਣਾ ਹੀ ਆ ਤਾਂ ਕਰਕੇ ਆ ਕਿ ਇੱਥੇ ਖਵੋ ਅਤੇ ਇੱਥੇ ਕੰਮ ਕਰੋ ਇਸ ਨਾਲੇ ਪਰਿਵਾਰ ਦੇ ਵਿੱਚ ਰਹੋ ਮਜ਼ੇ ਨਾਲ ਥੋੜ੍ਹਾ ਖਾ ਲਾਂਗੇ ਕੀ ਕਹਿੰਦਾ ਨਾਲੇ ਬੱਚੇ ਦੱਸਦੇ ਕਿਹੜਾ ਆਪਣੇ ਮਾਂ ਪਿਓ ਨੂੰ ਵੀ ਤੰਗ ਆ ਕੌਣ ਦੱਸਦਾ ਗੁਰੂ ਦਾ ਕੋਈ ਨਹੀਂ ਦੱਸਦਾ ਇੱਥੇ ਇੰਨੇ ਪੈਸੇ ਜਦੋਂ ਲਾ ਕੇ ਚੜ੍ਹ ਜਾਂਦਾ ਨਾ ਬੰਦਾ ਵਿੱਚ ਉੱਥੇ ਬੰਦਾ ਰੋ ਰੋ ਜੋ ਟਾਈਮ ਕੱਢ ਲੂਗਾ ਪਰ ਪਿੱਛੇ ਕੋਈ ਨਹੀਂ ਦੱਸਦਾ ਕਿ ਹਾਂ ਵੀ ਇੰਨੇ ਤੰਗ ਆ ਇੱਥੋਂ ਵਾਲੇ ਬਾਅਦ ਚੋਂ ਕਹਿੰਦੇ ਪੁੱਤ ਪਾਈਆਂ ਪੈਸੇ ਮੜੇ ਜੇ ਉਹ ਉੱਥੋਂ ਵਾਲੇ ਦੀ ਹਾਲਤ ਪੁੱਛ ਕੇ ਵੇਖੇ ਨਾ ਅਸਲ 'ਚ ਹੁੰਦੀ ਕੀ ਹੈ ਸੱਚ ਕੋਈ ਦੱਸਦਾ ਨਹੀਂ ਸਰਪੰਚ ਨੇ ਦੱਸਿਆ ਹੁਣ ਥੋੜ੍ਹਾ ਸੱਚ ਸਰਪੰਚ ਤਾਂ ਆਇਆ ਮੈਨੂੰ ਗੱਲ ਫੋਨ ਨਾ ਗੁਰੂਆ ਇਹ ਨਹੀਂ ਆਪਣੇ ਸੂਤਰ ਹੈਗਾ ਦੇਸ਼ ਮੈਂ ਕੋਈ ਨਹੀਂ ਥੋੜ੍ਹਾ ਟਾਈਮ ਕੱਢ ਫਨ ਕਰ ਲਾ ਚੰਗੀ ਤਰ੍ਹਾਂ ਉਹ ਬੜਾ ਭੱਜ ਭੱਜ ਕੇ ਕਿਹਾ ਸੀ ਮਿੱਤਰਾ ਕਹਿੰਦੇ ਬਾਸ਼ੀ ਕਰਦੇ ਹੋਏ ਆ ਬੰਦੇ ਸੇਰਾਂ ਹੀ ਧਰਭਾ ਲਿਆ ਦੂਜੇ ਅਸੀਂ ਉੱਧਰ ਤਰ ਤੁਹਾਨੂੰ ਕਹਿੰਦਾ ਮੈਂ ਤੁਹਾਡੇ ਨਾਲ ਹੀ ਜਾਣਾ ਮੈਂ ਚੱਲ ਭਾਈ ਜਾਣਾ ਪਰ ਮਿਲਿਆ ਅਤੇ ਹੁਣ ਕਹਿੰਦਾ ਸਾਨੂੰ ਤਾਰਨ ਜੀ ਨਹੀਂ ਕਰਨਾ ਅਤੇ ਮੈਂ ਚੱਲ ਆਦ ਨੂੰ ਉੱਥੇ ਹੀ ਲੈ ਜਾਣਾ ਦੁਕਾਨ 'ਤੇ ਉੱਥੇ ਲੱਗਣਾ ਸਾਨੂੰ ਟਾਈਮ ਘੜੀ ਉੱਥੇ 10 ਮਿੰਟ ਫਿਰ ਫਨ ਸ਼ਨ ਕਰ ਲਾਂਗੇ ਹੈਂ ਨਾਲੇ ਇਕੱਠਿਆਂ ਕੁਝ ਖਾਧਾ ਪੀਤਾ ਨਹੀਂ ਗੱਡੀ ਆ ਲਿਆਈਏ ਇਸ ਤਰ੍ਹਾਂ ਦੇ ਓਏ ਸਾਰੇ ਟੂਰ ਤੇ ਜਾਣ ਬੜੀ ਵਧੀਆ ਪਰ ਇਹ ਛੋਟੀ ਵੱਡੀ ਚਾਹੀਦੀ ਆ ਵੱਡੀ ਹੋ ਜੇ ਤੇ ਲੰਮੇ ਵੀ ਪੈ ਜਾਂਦੇ ਪਿੱਛੇ ਦੇ ਟੂਰ ਕੱਢਣਾ ਨੂੰ ਆਪਾਂ ਛੇਤੀ ਬਾਬਾ ਸੁੱਖ ਰੱਖੇ ਨਾ ਥੋੜੀ ਗਰਮੀ ਘਟਦੇ ਹੱਦੋਂ ਵੱਧ ਪੈ ਰਹੀ ਆ ਆਪਾਂ ਸਾਰੇ ਇੱਥੇ ਅੱਜ ਮਗਰੋੜਗੰਜ ਹੀ ਹੋਈ ਏ ਚਲੋ ਆ ਤਾਂ ਲੱਗੇ ਆਪਣੇ ਹੁਣੇ ਚੱਲ ਹੁਣੇ ਨਹੀਂ ਜੱਗੇ ਨੂੰ ਕਰ ਫੋਨ ਚਲੋ ਜੱਗੇ ਨੇ ਫੋਨ ਕਰ ਕੱਲ ਐਤਵਾਰ ਸੀ ਕੱਲ ਐਤਵਾਰ ਨਾ ਆ ਸ਼ਾਮ ਚੱਲ ਜਾਈਏ ਕੱਲ ਸ਼ਾਮ ਨੂੰ ਆ ਜਾਵਾਂਗੇ ਜੱਗੇ ਨੇ ਕਰ ਕੇ ਉਹ ਘਰਦੇ ਨੇ ਕਿਹਾ ਕਦੇ ਮੈਂ ਫੋਨ ਕੀਤਾ ਇਹਨੂੰ ਉਹਦੇ ਨਾਲ ਬਣਾ ਪਲੈਨ ਜੇ ਬਣ ਦੀ ਗੱਲ ਤਾਂ ਨਿਕਲ ਜਾਈਏ ਉਹ ਨਹੀਂ ਆ ਵੇਖੀ ਜਾਓ ਕਰਦੇ ਗੱਲਾਂ ਸਾਲੇ ਨੇ ਚੱਲ ਜਾਂਦੇ ਗੁਰੂਆ ਜੂ ਜਦ ਪਿਆਵਾਂ ਤੁਹਾਨੂੰ ਮੈਂ ਫਿਰ ਤੁਸੀਂ ਸੈੱਟ ਹੋਣਾ ਅਜੇ ਵੀ ਕਰਦੇ ਥੋੜੀ ਓਹੋ ਬਣਾ ਲਿਆ ਸਾਲਿਆ ਕਰਾ ਲਿਆ ਜੀ ਲੈ ਮਿੱਤਰਾ ਪਾਦੇ ਪਾਦੇ ਇੱਦਾਂ ਪਾਦੇ ਹਾਸੇ ਨਿਸ਼ਾਨ ਪਾ ਕੇ ਪਾਦੇ ਟੋਚ ਲੱਗਣਾ ਵਾ ਕੋਈ ਗਾਣਾ ਹੋਇਆ ਲੱਭ ਕੇ ਰੋੜੀਆਂ ਵਾਲਾ ਕੰਮ ਹੈ ਨਾ
ਸਰਾ ਤੂੰ ਤੇ ਸਰਾ ਕਰਾਇਆ ਤੂੰ ਤੇ ਗੁੜੀ ਹੋਇਆ ਬਸ ਹੁਣ ਇਹ ਕਿ ਹੁਣ ਉਹਨੇ ਜਿਹੋ ਜੀ ਲੱਭ ਲਈ ਪਈ ਤੇ ਫਿਰ ਉਹ ਸਰਾ ਆਣਾ ਲੱਭ ਲੈਣਾ ਟੱਪੀ ਟੁੱਟੀ ਵਾਲੀ ਕੋਈ ਚੱਕਰ ਨਹੀਂ ਲੋਕਾਂ ਦੇ ਨੰਗੇ ਵੀ ਪੈ ਗਏ ਆਪਣੇ ਉਦਾਂ ਪੈ ਜੂ ਫਿਰ ਕਿਹੜੀ ਗੱਲ ਬਣਾਉਣੀ ਨੀ ਚਾਹੀਦੀ ਉਹਨੇ ਵੀਡੀਓ ਪਾ ਕੇ ਸੋਚੀ ਜਾਂਦਾ ਕਿ ਪਾਊਗਾ ਚੱਲ ਜਾਂਦੇ ਬਸ ਉਂਗਲ ਦਿੱਤੀ ਚੱਪਲ ਲੈਂਦੀ ਅੰਦਰ ਰੱਖੋ ਬਸ ਦਿੱਤੀ ਲੱਤਾਂ ਬਾਹਾਂ ਮੋਢੇ ਸਭ ਕੁਝ ਲੈ ਹੁਣ ਚੱਲ ਬਸ ਹੁਣ ਰਾਣੀ ਸੁੰਦਰਾ ਦੇ ਫੈਂਡਰ ਦਿੱਤੇ ਲਵਾ ਵੇਖੋ ਹੁਣ ਕੀ ਬਣਦਾ ਡੀਜ਼ਲ ਮਾਰ ਕੇ ਫਿਰ ਹੀ ਵਾੜਾਂਗੇ ਨਾ ਮੈਂ ਡੀਜ਼ਲ ਮਾਰ ਕੇ ਨਾ ਇੱਕ ਵਾਰ ਫਿਰ ਹੀ ਵਾੜਾਂ ਕੱਦੂ ਦੇ ਵਿੱਚ ਡੀਜ਼ਲ ਵਾਲਾ ਪੰਪ ਆਪਾਂ ਘਰੇ ਲੈ ਆਉਣਾ ਜਗਾੜ ਜਿਹੜਾ ਜਿਹੜਾ ਸਵੇਰਾ ਪੰਪ ਨਹੀਂ ਹੁੰਦਾ ਉਹਦੇ ਨਾਲ ਮਾਰ ਦਾਂਗੇ ਪ੍ਰੈਸ਼ਰ ਜਿਹਾ ਬਣਾ ਕੇ ਨਾ ਕੰਮ ਵੇਲਾ ਸਟੋਰੀ ਭਾਈ ਕੁੜੀ ਦੀ ਲੈ ਕੇ ਸਾਦਗੀ ਸਾਰੇ ਪਾਸੇ ਮੂੰਹ ਵੀ ਖੱਟਾ ਨਾਲ ਹੀ ਲਾਇਆ ਖੁਸ਼ ਹੋਣਾ ਇਹਦੇ ਵੀ 12,000 ਫੋਲੋਵਰ ਉਹਦੇ ਵੀ 12,000 ਇਹਨੇ ਪੱਕਾ ਮੈਸੇਜ ਕੀਤਾ ਕਿ ਆਪਾਂ ਹਾਣੀ ਆਣੀ ਆ ਮੈਂ ਪਹਿਲਾਂ ਦੱਸ ਦਿੰਦਾ ਸਾਲੇ ਦਾ ਤੂੰ ਸਟੋਰੀ ਪਾਈ ਇਹ ਕੁੜੀ ਨੂੰ ਆਪਾਂ ਕਹਿੰਦੇ ਫੋਨ ਕੁੜੀ ਦੇ ਹਾਂ ਉਹ ਵੇਲਾ ਹੁਣ ਤੂੰ ਸ਼ਾਹ ਵੀ ਕਹਿ ਗਿਆ ਵਾ ਸਾਲੇ ਸ਼ੇਰਾ ਗੱਲ ਪਤਾ ਕੀ ਹੁੰਦੀ ਆ ਮੈਂ ਤੈਨੂੰ ਗੱਲ ਪਤਾ ਕੀ ਹੁੰਦੀ ਵੇ ਬੰਦੇ ਨੂੰ ਨਾ ਉਹ ਫਲ ਖਾਣਾ ਜਿਹੜਾ ਉਹਨੂੰ ਪਚਦਾ ਵੇ ਕੁੜੀ ਹੋਇਆ ਉਲਟੀਆਂ ਹੋਣਗੀਆਂ ਕੁੜੀਆਂ ਮੂਸਲ ਆ ਜਿੱਦਾਂ ਕੁੜੀ ਦਾ ਮੂਸਲ ਨੀ ਕੁੜੀ ਨਵੇਂ ਨਵੇਂ ਬੰਦੇ ਨੇ ਮੂਸਲ ਬੰਨਿਆ ਹੋਵੇ ਨਾ ਹਾਵੇ ਤੇ ਉਧਰ ਨੀ ਜਾਂਦਾ ਸਾਲੇ ਉੱਦਾਂ ਦਾ ਫਿਰਦਾ ਤੂੰ ਹੈਂ ਉਹ ਕੁੜੀ ਆ ਸਾਦਗੀ ਲਿਖਿਆ ਤੇ ਉਹਦੀ ਪ੍ਰੋਫਾਈਲ ਖੋਲ ਕੇ ਵੇਖ ਪਹਿਲਾਂ ਰਾਣੀ ਸੁੰਦਰਾ ਕਰਤੀ ਆ ਤਿਆਰ ਰਹੀਆਂ ਆਫ ਰੋਡਿੰਗ ਲਈ ਪਰ ਮੰਗਲਵਾਰ ਇੱਕ ਦੋ ਚੀਜ਼ਾਂ ਹੋਰ ਆਉਣੀਆਂ ਸੋਮਵਾਰ ਆ ਗਿਆ ਮੰਗਲਵਾਰ ਆ ਗਿਆ ਉਹ ਪਾ ਕੇ ਤੇ ਫਿਰ ਵਾੜ ਦਾਂਗੇ ਪੈਲੀ ਦੇ ਵਿੱਚ ਪਰੇ ਵਾੜ ਮੈਂ ਭਰਾਵਾ ਵਾੜੀ ਮਾੜੀ ਤੇ ਪਰੇ ਪੈ ਜਾ
ਬਸ ਯਾਰ ਬਾਬੇ ਦੀ ਗੱਲ ਹੱਸ ਪਿਆ ਕਰੋ ਦਵਾਈ ਲੈ ਕੇ ਦਈਏ ਸਾਰਿਆਂ ਸਾਲਿਆ ਆਪਣਾ ਫਾਇਦਾ ਕੀ ਆਪਣੇ ਪਿੰਡ ਦੇ ਕਹਿੰਦਾ ਡਾਕਟਰ ਬੈਠਾ ਵਾ ਉੱਥੇ ਸਾਲਿਆ ਫ੍ਰੀ ਕਦੀ ਖਾਦਾ ਸ਼ਾਹ ਹਰ ਤਿੰਨਾਂ ਘੰਟਿਆਂ ਬਾਅਦ ਸ਼ੇਰੇ ਨੇ ਕੇਲਾ ਨੀ ਖਾਦਾ ਨਾ ਹੀ ਕੁੜੀ ਫਰਕ ਪੈਂਦਾ ਇਹ ਚੀਜ਼ ਦਾ ਆ ਗਿਆ ਕਾਬੂ ਤੇਰੀ ਭੈਣ ਉਹ ਚੰਗਾ ਭਲਾ ਅੱਜ ਕਾਬੂ ਆ ਗਿਆ ਸਰ ਪਿੰਡ ਬੂਟੇ ਪਾਣੀ ਪਾਉਣਾ ਚੱਲ ਚਲੀ ਯਾਰ ਬੂਟੇ ਪਾਣੀ ਪਾਉਣਾ ਪਿੰਡ ਜਾ ਕੇ ਚਲੋ ਚਲੀਏ ਸ਼ਾਹ ਕਿੱਥੇ ਜਾ ਪਈ ਸ਼ਾਹ ਜੀ ਦੋ ਚਾਬੀ ਕਿੱਥੇ ਸ਼ਾਹ ਸੋਮਵਾਰ ਕਰਦੇ ਕੰਮ ਅੰਬਰ ਵਾਲਾ ਕਿਉਂਕਿ ਆਪਾਂ ਨੂੰ ਆਹ ਚੀਜ਼ਾਂ ਦੇ ਕਰਕੇ ਲਾਉਣਾ ਪੈਣਾ ਜਗਾੜ ਆਹ ਵੇਖੋ ਨਾ ਸਾਰਾ ਕੁਝ ਦਿਖਣ ਡਿਆ ਪਿਆ ਜਿਹਨੂੰ ਆਪਾਂ ਕੱਦੂ ਜਗਾੜਿਆ ਸਿੱਧਾ ਡੱਬੀਆਂ ਦੇ ਜਾਣਾ ਜਗਾੜਾ ਉਹ ਚੀਜ਼ ਕੇ ਆਪਣਾ ਕੋਈ ਨਾ ਕੋਈ ਜਗਾੜ ਜਾਂ ਪਲੇਟ ਜਾਂ ਫਿਰ ਉਹ ਜਿਹੜੇ ਅੰਦਰਲੇ ਫੈਂਟਰ ਲੈਣੀ ਲਾਉਣੀ ਪੈਣੀ ਅਤੇ ਫੈਂਟਰ ਲੈਣੀ ਤਾਂ ਲਾਵਾਂਗੇ ਜੇ ਬੰਬਰ ਲੱਗੂਗਾ ਤੈਨੂੰ ਸੌਂ ਲੱਗਣੀ ਲਾਉਣੇ ਤੈਨੂੰ ਸੌਂ ਲੱਗੇ ਮੇਰੇ ਪਿਆਰ ਦੇ ਜਿਹੜੇ ਮੈਨੂੰ ਬੰਬਰ ਨਾਮ ਗਾ ਦਿੱਤਾ ਕਰਤਾ ਆਰਡਰ ਬਸ ਠੀਕ ਹੈ ਬੰਬਰ ਲਾ ਕੇ ਫਿਰ ਹੀ ਕਰਾਂਗੇ ਕੰਮ ਦੋ ਦਿਨ ਕੱਢ ਦਿੰਦੇ ਹੋ ਕਿ ਸੌਖੇ ਹੋ ਗਏ ਉਹ ਤਾਂ ਘੱਟੇ ਮਿੱਟੀ ਦੀ ਗੱਲ ਕੋਈ ਨਹੀਂ ਆ ਪਾਣੀ ਦੀ ਜਿਹੜਾ ਪ੍ਰੈਸ਼ਰ ਨਾਲ ਪਾਣੀ ਉਹ ਜਾਂ ਗਾਰਾ ਜਿਹੜਾ ਡੱਬ ਹੈ ਨਾ ਉਹਦਾ ਜ਼ਿਆਦਾ ਹਾਂ ਸੌਂ ਲੱਗੇ ਗੱਡੀ ਦੀ ਨੇ ਵੱਟ ਕੱਢੇ ਨੇ ਛਾਣੇ ਅੰਦਰੋਂ ਸਮੈਲ ਕਿਹੜੀ ਸੋਹਣੀ ਆਉਂਦੀ ਹੈ ਨਾ ਪਾਲਿਸ਼ ਦੀ ਅੰਦਰ ਤਾਂ ਮੇਰਾ ਜੀ ਨਹੀਂ ਕਰਨ ਡਿਆ ਅਤੇ ਮਾਸਾ ਵੀ ਕੱਟਣ ਲੱਗੇ ਪਰ ਇੱਕ ਚੱਕਰ ਆਪਾਂ ਕੱਦੂ 'ਚ ਵੜਨ ਤੋਂ ਬਾਅਦ ਨਾ ਗੱਡੀ ਡਿਟੇਲਿੰਗ ਕਰਾ ਕੇ ਜਮ੍ਹਾਂ ਟੱਚਿੰਗ ਵਾਚਿੰਗ ਕਰਤੀ ਓਕੇ ਰਿਪੋਰਟ ਆਪਣੇ ਇੰਨਾ ਸੁੱਖ ਹੈਗਾ ਸਾਡੇ ਕੋਲ ਬੰਦਾ ਸਾਡੇ ਘਰ ਦਾ ਗੁਰੂ ਆ ਇਹਦੇ ਜਿੰਨੀਆਂ ਗੱਡੀਆਂ ਸੀ ਨਬੇੜਦੇ ਨਾ ਸਾਡੀਆਂ ਗੱਡੀਆਂ ਡੱਠ ਡੰਡ ਜਿਹੜੀ ਕੁੜੀ ਆ ਵੀ ਛੇਤੀ ਲੱਗ ਜੇ ਆਪਾਂ ਘਰੇ ਵੀ ਗੱਡੀ ਤਿਆਰ ਕਰਨੀ ਜਿਹੜਾ ਪਾਣੀ ਦੇ ਦਾਗ ਪੈਂਦੇ ਨਾ ਉਹ ਲੱਗਦੇ ਨਹੀਂ ਅੱਜ ਇੱਕ ਬੰਦਾ ਵੀ ਆਇਆ ਇਹਦੇ ਉਹ ਵੀ ਇਸੇ ਗੱਲੋਂ ਪਰ ਉਹ ਕਿਤੇ ਹੋਰ ਕਿਤੇ ਪਵਾ ਕੇ ਲਿਆ ਸ਼ਾਹ ਦੀ ਥੋੜ੍ਹੀ ਗਲਤੀ ਉਹ ਇਹਦੇ ਨਾਲ ਲੜੀ ਜਾਵੇ ਭਰਾਵਾ ਮੈਂ ਤੂੰ ਚੰਗਾ ਭਰਾਵਾ ਕੁਛ ਨਹੀਂ ਆਉਂਦਾ ਤੇਰੀ ਥਾਂ 'ਤੇ ਅਸੀਂ ਉਹ ਤਾਂ ਅਸੀਂ ਸਲੋਹ ਰੜੀ ਲੋਕਾਂ ਲੈ ਵੀ ਮਿੱਤਰਾ ਪਾ ਦੇ ਚਾਲੇ ਯਾਰਾਂ ਦੇ ਪਿੰਡ ਨੂੰ ਹਵਾ ਮੜੀ ਚੈੱਕ ਕਰਾ ਲਈਏ ਇੱਕ ਹਵਾ ਕਰਾ ਲਈਏ ਕਰਾਏ ਓਕੇ ਰਿਪੋਰਟ ਵੇਖੀ ਫਿਰ ਘੁੰਮਾਉਣ ਦਾ ਨਜ਼ਾਰਾ ਆਉਂਦਾ
ਮਿੱਤਰਾ ਪਹੁੰਚ ਗਏ ਯਾਰ ਨਹੀਂ ਘਰੇ। ਤੇ ਜਿਹਨੇ ਘੈਂਟ ਘੈਂਟ ਵੀਡੀਓ ਵੇਖਣੀ ਆ ਉਹ ਇੰਸਟਾਗ੍ਰਾਮ 'ਤੇ ਵੇਖਿਓ, ਅੱਜ ਬੜੀਆਂ ਵੀਡੀਓ ਬਣਾਈਆਂ ਰਾਹ 'ਚ ਆਉਂਦਿਆਂ ਅਸੀਂ। ਹੈਂ ਸਹੀ ਗੱਲ ਹੈ। ਲੈ ਵੀ ਮਿੱਤਰਾ ਠਾਰ ਵੀ ਲੈਂਦੀ ਸੀ ਸ਼ਾਹ ਵਾਲੀ, ਸੋਹਣੀ ਬੜੀ ਲੱਗਦੀ ਹੈ ਨਾ ਤਿਆਰ, ਬੜੀ ਵਧੀਆ ਕਰਾਈ ਸ਼ਾਹ ਨੇ ਮਿਸਤਰੀ ਡਟੇ ਪਏ ਸਾਡੇ ਉਧਰ ਹੈ, ਦੂਹ ਦੂ ਕੰਮ ਖਿੱਚਿਆ ਪਿਆ ਮਿਸਤਰੀਆਂ ਨੇ। ਹੈ ਲੈ ਵੀ ਮਿੱਤਰਾ ਜਿੰਨੇ ਭਰਾ ਤੁਸੀਂ ਆਪਾਂ ਨੂੰ ਦਿੰਦੇ ਜੇ, ਤੁਹਾਡੇ ਕੰਮ ਦੀ ਚੀਜ਼ ਤੁਹਾਨੂੰ ਦੱਸਣ ਲੱਗਾ, ਜੇ ਤੁਸੀਂ ਇਹ ਚੀਜ਼ ਲੈਣੀ ਹੋਈ ਤੇ ਲੈ ਲਿਓ। ਅਸੀਂ ਗਏ ਸੀ ਸ਼ਹਿਰ ਤੇ ਉੱਥੇ ਨਾ ਸ਼ਾਹ ਨਾਲ ਇੱਦਾਂ ਬੈਠੇ ਗੱਲਾਂ ਬਾਤਾਂ ਗੱਲ ਚੱਲ ਪਈ ਤੇ ਸ਼ਾਹ ਕਹਿੰਦਾ ਮੈਂ ਥਾਰ ਵੇਚਣੀ ਆ, ਤੇ ਮੈਂ ਸ਼ਾਹ ਕਿੰਨੀ ਚੱਲੀ ਆ ਕਾਹਤੋਂ ਵੇਚਣ ਡਿਆ, ਤੇ ਸ਼ਾਹ ਕਹਿੰਦਾ ਮੈਂ ਗੱਡੀ ਹੋਰ ਲੈਣੀ ਕੋਈ, ਤੇ ਥਾਰ ਅਸੀਂ ਵੇਖੀ ਤੇ ਹਾਵੇ ਲੱਗੀ ਅਸੀਂ ਲੈ ਕੇ ਆਏ ਅੱਜ, ਤੁਹਾਨੂੰ ਵਿਖਾਉਂਦਾ ਮੈਂ, ਚੈੱਕ ਕਰਿਓ ਗੱਡੀ 3,800-4,000 ਕਿਲੋਮੀਟਰ ਚੱਲੀ ਆ, 23 ਮਾਡਲ ਆ, ਤੇ ਆਪਾਂ ਵੀ ਥਾਰ ਤਿਆਰ ਕਰਾਈ ਮੇਰੇ ਸਾਨੂੰ ਆਪਣੇ ਵਾਲੇ ਨਾਲੋਂ ਅਸੈਸਰੀ ਜ਼ਿਆਦਾ ਲੱਗੀ ਹੋਊਗੀ ਇਹਨੂੰ, ਹੈ ਨਾ, ਇੱਕ ਤਾਂ ਇਹਨੂੰ ਪਏ ਆ ਕਰੋਮ ਵਾਲੇ ਵੀਲ, ਅਤੇ ਨੰਬਰ ਵੀ VIP ਆ PB02 ਅਤੇ 22 ਹੈ ਨਾ, ਨੰਬਰ ਵੀ ਪੇਡ ਆ ਮੇਰੇ ਹਿਸਾਬ ਨਾਲ, ਅਤੇ ਵੀਲ ਕਰੋਮ ਵਾਲੇ ਪਏ ਆ, ਅਤੇ ਵਿੱਚੋਂ ਵੀ ਸਾਰੀ ਸੀਟ ਕਵਰ ਮੈਟਿੰਗ ਹੈ ਨਾ, ਉਹ ਬੱਤੀਆਂ ਬੁੱਤੀਆਂ ਹੀ ਆਪਾਂ ਲਵਾਈਆਂ ਸੀ, ਆਪਣਾ ਘੱਟੋ ਘੱਟ ਵੀ 2,20,000 ਦਾ ਬਿੱਲ ਬਣਿਆ ਸੀ ਅਸੈਸਰੀ ਦਾ ਹੀ, ਹੈ ਨਾ, ਤੁਹਾਨੂੰ ਵਿਖਾਉਂਦਾ ਸਾਰੀ ਫੁੱਲੀ ਲੋਡ ਆ ਗੱਡੀ। ਜੇ ਵੀ ਕਿਸੇ ਭਰਾ ਨੂੰ, ਕਈ ਭਰਾ ਬਾਹਰੋਂ ਆਉਂਦੇ ਨਾ ਆਪਣੇ ਹੁੰਦਾ ਸ਼ੌਂਕ ਉਹਨਾਂ ਨੂੰ ਹੈ ਨਾ ਲੈ ਕੇ ਤਿਆਰ ਕਰਾਉਣ 'ਚ ਟਾਈਮ ਲੱਗਦਾ, ਕਈ ਗੱਡੀ ਮਿਲਦੀ ਨਹੀਂ ਹੈ, ਅਤੇ ਅਸੀਂ ਏਜੰਸੀ 'ਚੋਂ ਪਤਾ ਕੀਤਾ ਏਜੰਸੀ ਗੱਡੀ ਹੈਗੀ 19,60,000 ਦੀ ਆਟੋਮੈਟਿਕ, ਅਤੇ ਆਟੋਮੈਟਿਕ ਹੀ ਆ ਹੈ ਨਾ, ਅਤੇ ਜਿਹਨੂੰ ਆਪਾਂ ਤਿਆਰ ਕਰਾਵਾਂਗੇ ਜਿੰਨੇ ਪੈਸੇ ਤੇ ਲੱਗੇ ਮੇਰੇ ਸਾਨੂੰ 26-27 ਲੱਖ ਰੁਪਏ ਲੱਗਾ ਉਹ ਘੱਟੋ ਘੱਟ ਵੀ, ਜਿੰਨਾ ਕਿ ਇਹਨੂੰ ਸਮਾਨ ਲੱਗਾ ਆ। ਜੇ ਮਤਲਬ 19,60,000 ਦੀ ਗੱਡੀ ਆ, 3,00,000 ਦੇ ਵੀਲ ਟਾਇਰ ਆ ਹੈ ਨਾ, 22 ਲੱਖ ਰੁਪਈਆ ਇੱਥੇ ਹੋ ਗਿਆ, 22-22 ਲੱਖ ਰੁਪਈਆ, ਅਤੇ ਪੇਡ ਨੰਬਰ ਆ 1,00,000 ਰੁਪਈਏ ਦਾ ਮੇਰੇ ਹਿਸਾਬ ਨਾਲ, ਅਤੇ ਗਾਣ ਦਾ ਬੰਪਰ ਵੀ ਰੂਬੀਕੋਨ ਦਾ ਲੱਗਾ ਜੇ, ਉਹ ਲੱਥ ਕੇ ਸਾਲਾ ਛੋਟਾ ਵੀ ਹੋ ਜਾਂਦਾ ਅਤੇ ਵੱਡਾ ਵੀ ਹੋ ਜਾਂਦਾ ਜੀ ਮੇਰੇ ਹਿਸਾਬ ਨਾਲ, ਅਤੇ ਲਾਈਟਾਂ ਲੂਟਾਂ ਗਾਲ ਲਈ ਫਰੰਟ ਗਿੱਲ ਵੀ ਚੇਂਜ ਆ, ਮਤਲਬ ਕਿ ਮੋਟਾ ਮੋਟਾ ਇਹੋ ਤੁਹਾਨੂੰ 4-4.5 ਲੱਖ ਰੁਪਈਆ ਮੈਂ ਗਣਾਤਾ ਆ ਵੀਲਾਂ ਦਾ, ਨੰਬਰ ਦਾ, ਅਤੇ ਅਸੈਸਰੀ ਹੋਣੀ ਹੈ 2,00,000 ਦੀ, ਮਤਲਬ ਕਿ 26,00,000  'ਚ ਤਿਆਰ ਹੁੰਦੀ ਗੱਡੀ ਜੇ ਐਂ ਪ੍ਰੋਪਰ ਇਹਦੇ ਨਾਲ ਦੀ ਕਰਾਉਣੀ ਹੋਵੇ, ਹੈ ਨਾ, ਬਾਕੀ ਸਮਾਨ ਹਲਕਾ ਵੀ ਆਉਂਦਾ ਹੈ ਨਾ, ਹਲਕੇ 'ਚ ਬੰਪਰ ਹਲਕੇ ਵੀ ਮਿਲ ਜਾਂਦੇ ਆ, ਬਾਕੀ ਆਪਣੇ ਡਿਪੈਂਡ ਕਰਦਾ ਜਾਣ ਮੇਰੀ ਕਿੱਦਾਂ ਤਿਆਰ ਕਰਾਉਣੀ। ਫਿਰ PPF ਹੋਈ ਗੱਡੀ ਨੂੰ ਸਭ ਤੋਂ ਵੱਡੀ ਗੱਲ, ਜੇ ਜ਼ਿਆਦਾ ਨਹੀਂ ਤਾਂ 50-70,000 ਰੁਪਏ PPF ਦਾ ਖਰਚਾ ਆ ਜਾਂਦਾ ਜੇ ਚੰਗੀ ਕਰਾਉਣੀ ਹੋਵੇ ਤੇ, ਆਪਣੇ ਹਿਸਾਬ ਲਓ। ਜੇ ਕਿਸੇ ਭਰਾ ਕੋਈ ਸ਼ੌਂਕੀ ਹੋਵੇ ਜਿਹਨੇ ਲੈਣੀ ਆ, ਨੰਬਰ ਥੱਲੇ ਨਾ ਸਕਰੀਨ 'ਤੇ ਗੁਰੀਵੀਰ ਦਾ ਚੱਲਣ ਡਿਆ ਨੰਬਰ, ਗੁਰੀਵੀਰ ਨਾਲ ਕੰਟੈਕਟ ਕਰ ਲਿਓ, ਅਤੇ ਜੋ ਵੀ ਹੋਊਗਾ ਰੇਟ ਰੇਟ ਤੁਹਾਨੂੰ ਦੱਸ ਦਿੰਦਾ। ਸ਼ਾਹ ਨੇ ਇੱਕੋ ਕਹਿੰਦਾ ਕਿ ਮੈਂ 22 ਲੱਖ ਤੋਂ ਘੱਟ ਨਹੀਂ ਦੇਣੀ, ਮੈਂ 22 ਲੱਖ ਰੁਪਈਆ ਲੈਣਾ, ਠੀਕ ਹੈ ਹੈ ਨਾ, ਅਤੇ ਮੈਂ ਤੁਹਾਨੂੰ ਗੱਡੀ ਸਾਰੀ ਚੈੱਕ ਕਰਾ ਦਵਾਂ, ਜੇ ਕੋਈ ਵੀਰ ਭਰਾ ਇਸ ਚੀਜ਼ ਦਾ ਸ਼ੌਂਕ ਰੱਖਦਾ ਵਾ ਕਿ ਮੈਂ ਹਾਂ ਪੈਸੇ ਖਰਚਣ ਜੋਗਾ ਹੈਗਾ ਵਾ, ਇੰਨੇ ਦੀ ਮੈਨੂੰ ਵਾਰਾ ਖਾਂਦੀ ਹੈ ਹੈ ਨਾ, ਉਹ ਅਗਲੇ ਦੀ ਮਰਜ਼ੀ ਆ ਹੈ ਨਾ, ਉਹਨੇ ਕਿੰਨੇ ਦੀ ਵੇਚਣੀ ਆ, ਉਹ ਵੀ ਲੱਗਾ ਜੇ ਤਾਂ ਜ਼ਿਆਦਾ ਨਹੀਂ ਤਾਂ 25-26 ਲੱਖ ਰੁਪਈਆ ਲੱਗਾ, ਦਿਖਦਾ ਗੱਡੀ 'ਤੇ ਲੱਗਾ ਹੈ ਨਾ, ਤੁਹਾਨੂੰ ਗੱਡੀ ਵਿਖਾਉਣ ਨਾਲ ਚੈੱਕ ਕਰੋ। ਤੁਸੀਂ ਇਹਨੂੰ ਪਏ ਜੇ ਕਰੋਮ ਵੀਲ, ਨੰਬਰ ਹੈਗਾ ਜੇ PB02EN22, ਹਜੇ ਕਿ ਗੰਦੀ ਹੋਈ ਆ ਮਾੜੀ ਮੋਟੀ ਜੀ ਹੈ ਨਾ, ਅਤੇ PPF ਵੀ ਇਹਨੂੰ ਹੋਈ ਜੇ, ਅਤੇ ਗਾਲ ਦਾ ਬੰਪਰ ਫਰੰਟ ਵਾਲਾ ਇਹ ਪਿਆ ਜੇ ਉਹਦਾ ਆਪਣਾ ਰੂਬੀਕੋਨ ਦਾ ਹੈ ਨਾ, ਆਹ ਲੱਥ ਵੀ ਜਾਂਦਾ ਛੋਟਾ ਵੀ ਹੋ ਜਾਂਦਾ, ਅਸੀਂ ਹੁਣ ਰੂਬੀਕੋਨ ਦਾ ਬੰਪਰ ਇਹੋ ਔਡਰ ਕੀਤਾ ਵਾ, ਪਰ ਇਹ ਰੂਬੀਕੋਨ ਦੇ ਥਰ ਦਾ ਥੋੜ੍ਹਾ ਜਿਹਾ ਵੱਖਰਾ ਆਉਂਦਾ ਹੈ ਨਾ, ਉਹ ਥੋੜ੍ਹਾ ਜਿਹਾ ਮੇਰੇ ਹਿਸਾਬ ਨਾਲ ਚੇਂਜ ਹੋਣਗੇ ਥੋੜ੍ਹਾ ਫਿਟਿੰਗ ਫੁਟਿੰਗ ਦਾ ਚੱਕਰ, ਗ੍ਰਿਲ ਲੱਗੀ ਜੇ ਪਤਾ ਲੋਕ ਖੁੱਲ੍ਹੀ ਮਾੜਾ ਜਿਹਾ, ਇਹ ਕਿੱਦਾਂ ਜਗਦੀ ਗ੍ਰਿਲ ਜੀ ਦੇਖੀ, ਲਾਈਟਾਂ ਆੜੀਆਂ ਪਈਆਂ, ਜਿੰਨੇ ਕਹਿੰਦਾ ਖਰਚੇ ਜੇ ਤੁਸੀਂ ਆਪ ਤਿਆਰ ਕਰਾਓਗੇ ਨਾ ਤੁਹਾਨੂੰ ਫਿਰ ਪਤਾ ਲੱਗਣਾ, ਆਹ ਤਾਂ ਤਿਆਰ ਕੀਤੀ ਕਰਾਈ ਮਿਲ ਜਾਣੀ, ਗੱਲ ਕਹਿ ਦੀ ਕਿ ਤੋਹਫਾ ਚੀਜ਼ ਹੀ ਆ,
ਕਿਉਂਕਿ 3-4 ਹਜ਼ਾਰ ਚੱਲੀ ਗੱਡੀ ਕੁਛ ਵੀ ਨਹੀਂ ਹੁੰਦੀ, ਬੰਦਾ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਟੇਕਦੇ ਨਹੀਂ ਚਲਾ ਦਿੰਦਾ, ਹੈ ਨਾ। ਅੰਦਰ ਵੀ ਸਾਰੀ ਅਸੈਸਰੀ ਲੱਗੀ ਆ, ਕਿਉਂਕਿ ਮੈਂ ਸਾਰੀ ਗੱਡੀ ਤਿਆਰ ਕਰਾਈ ਨਾ, ਮੈਨੂੰ ਪਤਾ ਕਿ 25-26 ਲੱਖ ਰੁਪਇਆ ਕਿਤੇ ਨਹੀਂ ਗਿਆ ਜੇ ਇੱਦਾਂ ਦੀ ਗੱਡੀ ਤਿਆਰ ਕਰਾਉਣੀ ਆ। ਥੱਲੇ ਸੀਟ ਕਵਰ ਵੀ ਪਿਆ ਜੇ, ਆਹ ਮਤਲਬ ਕਿ ਆਹ ਥੱਲੇ ਆ ਕੀ ਹੁੰਦੇ ਆ, ਸਾਰਾ ਕੁਛ ਪਿਆ। ਵਿਖਾਈ ਮਾੜੀ ਚਾਬੀ ਤਾਂ ਦੇ ਮਾੜੀ ਜੀ। ਮੈਂ ਤਾਂ ਪਹਿਲਾਂ ਸੋਚਦਾ ਸੀ ਮੇਰੇ ਆਪਣੇ ਸਰਕਲ 'ਚ ਇੱਕੋ ਗੱਡੀ ਚੱਲ ਜੇ, ਪਰ ਮੇਰੇ ਸਰਕਲ ਦੇ ਤਕਰੀਬਨ ਬੰਦਿਆਂ ਨੇ ਲੈ ਲਈਆਂ ਗੱਡੀਆਂ ਯਾਰ, ਹੈ ਨਾ। ਮੈਂ ਤਾਂ ਮਾਮੇ ਵਾਲੇ ਸ਼ੇਰ ਨੂੰ ਵੀ ਕਿਹਾ ਸੀ, ਮੈਂ ਕਿਹਾ ਵੇਖ ਲਾ ਜੇ ਹੱਥ ਪੈਂਦਾ ਤਾਂ ਮੈਂ ਕਰ ਦਿੰਦਾ ਥੋੜ੍ਹੀ ਜਿਹੀ ਸਪੋਰਟ। ਉਹ ਲਾਈਟਿੰਗ ਲੂਟਿੰਗ ਵਿੱਚ ਹੋਈ ਜੇ, ਸਾਰਾ ਜਗਾੜ, ਸਪੀਕਰ ਚੇਂਜ ਜੇ, ਆਹ ਵੀ ਜਗਾੜ ਜੇ ਲੱਗਾ ਜੇ, ਇੱਥੋਂ ਤੱਕ ਵੀ ਆਹ ਵੀ ਚੀਜ਼ਾਂ ਜਗਦੀਆਂ, ਹੈ ਨਾ, ਆਹ ਵੀ ਜਗਾੜ ਜਿਹਾ ਲੱਗਾ ਜੇ, ਆਹ ਵੀ ਚਾਰੇ ਵੈਂਟਰ ਚੇਂਜ ਜੇ, ਹੱਥ ਪਾਉਣ ਲੱਗਾ ਜੇ। ਮਤਲਬ ਕਿਸੇ ਵੀ ਚੀਜ਼ ਦੀ ਲਵਾਉਂਦੀ ਉਹਨਾਂ ਲੋੜ ਨਹੀਂ ਪੈਣੀ ਮੇਰੇ ਹਿਸਾਬ ਨਾਲ, ਹੈ ਨਾ। ਅਤੇ ਮੇਰਾ ਭਰਾ ਜੇ ਕੋਈ ਹੋਵੇ ਲੈਣ ਜੋ ਕਿਸੇ ਦੇ, ਹੈ ਨਾ, ਗੱਲ ਕਰੀ ਹੈ ਕਿ 20 ਲੱਖ ਦੀ ਏਜੰਸੀ 'ਚੋਂ ਆ, ਅਤੇ 2 ਲੱਖ ਰੁਪਈਆ ਤੁਹਾਨੂੰ ਉੱਥੇ ਦੇਣਾ ਪੈਣਾ ਜਿੰਨਾ ਕੁ ਸ਼ਾਹ ਨੇ ਸਾਨੂੰ ਦੱਸਿਆ, ਹੈ ਨਾ। ਅਤੇ ਜੇ ਆਪਾਂ ਪ੍ਰੋਪਰ ਆਪ ਲੈ ਕੇ ਤਿਆਰ ਕਰਾਈਏ ਨਵੀਂ, ਜ਼ਿਆਦਾ ਨਹੀਂ ਤਾਂ ਇਹੋ ਥਾਰ ਤੁਹਾਨੂੰ 25-26 'ਚ ਪੈਣੀ ਆ। ਅਤੇ ਜੇ ਕੋਈ ਮੇਰਾ ਭਰਾ ਚਾਹਵਣ ਹੋਵੇ, ਚਾਹਵਣ ਜਿਹੜੇ ਵੀਰ ਭਰਾ ਬਾਹਰੋਂ ਆਉਂਦੇ, ਹੈ ਨਾ, ਉਹਨਾਂ ਨੇ ਹੁੰਦਾ ਕਿ ਛੇਤੀ ਗੱਡੀ ਮਿਲ ਜਾਵੇ, ਇੱਕ ਤਿਆਰ ਹੋਈ ਮਿਲ ਜਾਣੀ, ਉਹਨਾਂ ਵਾਸਤੇ ਵਧੀਆ ਆਪਸ਼ਨ ਆ ਇਹ। ਜੇ ਕਿ ਯਾਰ ਕੁਛ ਵੀ ਨਹੀਂ ਆ, ਮਤਲਬ 2 ਲੱਖ ਰੁਪਏ 'ਚ ਕੁਛ ਵੀ ਨਹੀਂ, ਮਤਲਬ ਲੱਖ ਦਾ ਤਾਂ ਨੰਬਰ ਲੱਗਾ ਇਹਨੂੰ, ਹੈ ਨਾ, ਪੇਡ ਨੰਬਰ ਆ, ਆਪਣਾ 50-60 ਹਜ਼ਾਰ ਦੀ PPF ਹੋਈ ਹੈ, 1.5 ਲੱਖ ਦੇ ਹੋ ਗਿਆ, ਤਿੰਨ ਦੇ ਵੀਲ ਟਾਇਰ ਆ ਉੱਥੋਂ ਕ੍ਰੀਏਟਿਵ ਵਾਲੇ ਕੋਲ, ਇੰਨੇ ਦੇ ਪੈਂਦੇ, 3.5 ਦੇ ਵਿੱਚ ਆਪਾਂ ਦੂਜੇ ਘਟਾਉਣੇ ਹੁੰਦੇ, 3 ਦੇ ਪੈ ਜਾਣਗੇ, 3 ਤੇ 2-5 ਤੇ ਉਹੀ ਹੋ ਗਿਆ ਸਿੱਧਾ 25 ਹੋ ਗਿਆ, ਉਹ ਅੰਦਰਲਾ ਅਸੈਸਰੀ ਲਾ ਲਾ ਜ਼ਿਆਦਾ ਨਹੀਂ ਤੇ 80-85 ਹਜ਼ਾਰ ਦੀ ਸਾਰੀ ਅਸੈਸਰੀ ਹੈ, ਮਤਲਬ ਕਿ 26 ਲੱਖ 'ਚ ਤਿਆਰ ਹੁੰਦੀ ਗੱਡੀ ਇਹਦੇ ਨਾਲ ਦੀ ਆਪਾਂ ਕਰਾਉਣੀ ਹੋਵੇ। ਇਹ ਨੰਬਰ ਤੁਹਾਨੂੰ ਪਤਾ ਹੈ ਜਾਣ ਮੇਰੀ, ਜੇ ਕੋਈ ਵੀਰ ਭਰਾ ਚਾਹਵਨ ਹੋਵੇ ਤਾਂ ਕੰਟੈਕਟ ਕਰ ਲਿਓ, ਬਾਕੀ ਜੇ ਕਿਸੇ ਭਰਾ ਨੇ ਗੱਡੀ ਵੇਖਣੀ ਵੀ ਹੋਵੇ ਨਾ, ਗੁਰੀ ਵੀਰ ਨਾਲ ਕੰਟੈਕਟ ਕਰਕੇ ਵੇਖ ਜਿਓ, ਆਪਣੇ ਘਰੇ ਲੱਗੀ, ਹੈ ਨਾ, ਆਪਾਂ ਤਾਂ ਚਲੋ ਕੱਦੂ ਕੁੱਦੂ ਵਾਲੇ ਵਲੋਗ ਬਣਾਉਣੇ ਆ, ਜੇ ਤਾਂ ਵਲੋਗਾਂ ਤੋਂ ਪਹਿਲਾਂ ਕੋਈ ਲੈ ਗਿਆ ਠੀਕ ਹੈ, ਨਹੀਂ ਤਾਂ ਵੀਲ ਖਰਾਬ ਹੋ ਜਾਣੇ ਜੇ, ਅਸੀਂ ਕੱਦੂ 'ਚ ਵਾਰ ਦੇਣੀ ਸਾਨੂੰ ਸ਼ਾਹ ਨੂੰ ਕੋਈ ਨਾ ਨਹੀਂ। ਐਂ ਤਾਂ ਮੈਂ ਪਤਾ ਕੀ ਸੋਚਿਆ, ਮੈਂ ਸਹੀ ਗੱਲ ਦੱਸਾਂ, ਮੈਂ ਮਾਮੇ ਵਾਲੇ ਸ਼ੇਰੇ ਨੂੰ ਕਿਹਾ, ਮੈਂ ਕਿਹਾ ਤੂੰ ਇੱਦਾਂ ਕਰ, ਤੂੰ ਐਕਸ਼ੂ ਵੀ ਵੇਚ ਦੇ, ਆਪਾਂ ਥਾਰ ਲੈ ਲੈਂਦੇ, ਹੈ ਨਾ। ਮੈਂ ਬਾਈ, ਕਿਉਂਕਿ ਮੈਨੂੰ ਬਹੁਤ ਜਾਇਜ਼ ਲੱਗਣ ਦੀ ਗੱਡੀ 22 ਲੱਖ ਦੀ, ਕਿਉਂਕਿ ਜੇ ਆਪਾਂ ਨਵੀਂ ਮਤਲਬ ਲੈ ਕੇ ਤਿਆਰ ਕਰਾਉਣੀ ਹੈ ਨਾ, ਬੜਾ ਪੈਸਾ ਲੱਗ ਜਾਂਦਾ। ਉਹੀ ਰੂਬੀ ਕਹਿੰਦਾ ਵੇਲੋ ਸਮਾਨ ਕਿੰਨੇ ਪੈਸੇ ਲਾ ਲਏ, ਅਸੀਂ 76 ਲੱਖ ਦੀ ਲਈ ਸੀ, 75 ਲੱਖ 68 ਹਜ਼ਾਰ ਕਿ 76 ਲੱਖ 68 ਹਜ਼ਾਰ ਦੀ ਲਈ ਸੀ, ਅਤੇ 4.5-5 ਲੱਖ ਦੇ ਕਰੋਮ ਵਾਲੇ ਵੀਲ ਪਏ, 1.5 ਲੱਖ ਦੇ ਆਹ ਰੇ ਪਏ ਹੁਣ ਜਿਹੜੇ ਪਏ ਆ, ਹੈ ਨਾ, 7-8 ਲੱਖ ਰੁਪਏ ਤਾਂ ਉਹੀ ਬਣ ਜਾਂਦਾ। ਤਾਂ ਹਜੇ ਪਤਾ ਨਹੀਂ ਕਿੰਨੀ ਅਸੈਸਰੀ ਲੱਗਣੀ ਹੈ, ਅਤੇ ਜੇ ਤਿਆਰ ਕੀਤੀ ਚੀਜ਼ ਆਪਾਂ ਨੂੰ ਮਤਲਬ 75 ਦੀ ਮਿਲ ਗਈ, ਤਾਂ ਉਹਦੇ 'ਚ ਮਾੜਾ ਕੁਝ ਨਹੀਂ ਹੈ। ਇਹ ਤਿਆਰ ਕੀਤੀ ਬਿਲਕੁਲ ਜਾਇਜ਼ ਰੇਟ ਮਿਲਦੀ, ਅਤੇ ਮੈਂ ਇਹਨੂੰ ਬਣਾਉਣ ਵੀ ਡਿਆ, ਮੈਂ ਲੈ ਲਈ ਸਾਰੇ ਔਖੇ ਸੌਖੇ ਹੋ ਗਏ, ਕਹਿੰਦਾ ਯਾਰ ਮੈਂ ਹੁਣੇ ਐਕਸ਼ ਵੀ ਲਈ, ਮੇਰਾ ਨਹੀਂ ਹੱਥ ਪੈਣਾ। ਮੈਂ ਕਿਹਾ ਮੈਂ ਤੈਨੂੰ ਪੈਸੇ ਪਾ ਦਿੰਦਾ, ਆਪਾਂ ਥੋੜ੍ਹੇ ਥੋੜ੍ਹੇ ਕਰ ਲੈਂਦੇ ਹਾਂ, ਕਿਉਂਕਿ ਵੀ ਹੁਣ ਸਾਡੇ ਕੋਲ ਕਹਿੰਦਾ ਮੈਨੂੰ ਵੇਖ ਕੇ ਚੱਲ ਗੱਡੀ ਕੋਰ ਵਧੀਆ। ਇੱਕ ਚੀਜ਼ ਜਾਣ ਮੇਰੀ ਇਹ ਹੋਰ ਦੱਸ ਦਿੰਦਾ ਕਿ ਸ਼ਾਹ ਨੇ ਉਹਨੂੰ ਇੱਕੋ ਗੱਲ ਕਹੀ ਕਿ ਮੈਂ 22 ਲੱਖ ਰੁਪਏ ਲੈਣਾ, ਆਪਣਾ ਵੀ ਉਹ ਕੰਮ ਨਹੀਂ ਗਾ, ਆਪਾਂ ਤੁਹਾਨੂੰ 22 ਕਹੀ ਜਾਈਏ, 23 ਕਹੀ ਜਾਈਏ, ਭਾਵੇਂ ਤੁਸੀਂ ਸ਼ਾਹ ਦੀ ਦੁਕਾਨ 'ਤੇ ਜਾ ਕੇ ਉੱਥੇ ਨੂੰ ਫੜਾ ਦਿਓ, ਜੇ ਤਾਂ ਕਿਸੇ ਨੇ ਇੱਥੇ ਦੇਖਣੀ ਭਰਾ ਇੱਥੇ ਵੇਖ ਲਿਓ। ਇੱਕ ਹੋਰ ਚੀਜ਼ ਹੁੰਦੀ ਨਾ, ਆਪਾਂ ਪਹਿਲਾਂ 22 ਕਹਿ ਦਈਏ, 23 ਕਹਿ ਦਈਏ, ਇੱਕੋ ਰੇਟ ਆ, 4 ਹਜ਼ਾਰ ਚੱਲੀ ਆ, ਕਿ ਜਿਹੜੇ ਵੀ ਭਰਾ ਨੇ ਮਨ 'ਚ ਹੋਈ ਸ਼ੰਕਾ ਕਿ ਅਸੀਂ ਯਾਰ ਵੇਖਣੀ ਆ ਜਾਂ ਕਿੱਦਾਂ ਵੀ, ਘਰ ਆ ਕੇ ਵੇਖ ਲਿਓ, ਜੇ ਵਾਰਾ ਖਾਂਦੀ ਹੈ ਨਾ ਲੈ ਲਿਓ, ਕਿਉਂਕਿ ਸਾਡੇ ਹਿਸਾਬ ਨਾਲ ਸਾਨੂੰ ਵਾਰਾ ਖਾਂਦੀ, ਜੇ ਮਤਲਬ ਸਾਡੇ ਮੇਰੇ ਕਿਸੇ ਯਾਰ ਦੋਸਤ ਨੇ ਲੈਣੀ ਹੁੰਦੀ ਤਾਂ ਮੈਂ ਤਾਂ ਹੱਸ ਕੇ ਕੀ ਆਉਂਦਾ ਹੈ ਕਹਿੰਦਾ ਗੱਡੀ ਚੋਂ ਬਾਜ ਨਾੜੀ ਵਧੀਆ ਆਉਂਦੀ ਹੈ ਨਾ ਯਾਰ, ਪਤਾ ਨੀ ਕਦਮ ਧੋਤੀ ਪਰਨਾ ਕੁਝ ਬੈਠਾ ਵਾਲਾਂ ਨੂੰ ਮਾੜਾ ਦੇਖਣਾ ਉਹਦੇ ਅੱਖੇ ਮੁਸ਼ਕਲ ਉਹਦਾ ਕਾਰਨ ਕੀ ਤੂੰ ਗੱਲ ਕੀ ਫਿਰ ਮੈਂ ਕਹਾਂ ਚੁੱਪ ਕੀਤਾ
ਗੱਡੀ ਤੋਂ ਬਾਹਣਾ ਤੇ ਵਧੀਆ ਹੋਣੀ ਪਰਨਾ ਨੇ ਖੋਲਿਆ ਕਾ ਤੋ ਇਹਨੂੰ ਪੁੱਛ ਪਹਿਲਾਂ ਤਾਂ ਦੇ ਤੁਹਾਨੂੰ ਪਤਾ ਹੀ ਫਿਰ ਆਵਾਜ਼ ਵਾਲੀ ਸਵੇਰੇ ਆਦ ਵਾਲੀ ਓਏ ਮੇਰੀ ਗੱਲ ਸੁਣ ਸਵੇਰੇ ਨਾਲੀ ਆਦ ਵਾਲੀ ਭਰਾ ਮੇਰੀ ਗੱਲ ਸੁਣ ਕੱਲ ਮੈਂ ਤੁਹਾਡੇ ਸਾਹਮਣੇ ਨਹੀਂ ਨਾ ਤੁਸੀਂ ਨਹੀਂ ਨਾ ਮੈਂ ਆਦ ਤੱਕ ਆਇਆ ਹਾਂ ਸ਼ਰਮ ਨਾ ਲਾਉਂਦਾ ਯੋ ਮਾਮਾ ਸਿਰ ਸੈਂਪੂ ਨਾ ਤਾ ਮੈਂ ਨਹੀਂ ਨਾ ਤਾ ਨਹਾਉਂਦਾ ਨਹੀਂ ਬੰਦੇ ਕਿਉਂ ਨਹਾਉਂਦਾ ਬਾਲੇ ਚੱਲੂਗਾ ਤੇ ਮੈਂ ਤੇਰਾ ਫੈਂਡਰ ਲਾਇਆ ਕੋਈ ਫਾਇਦਾ ਤੇ ਲਈਏ ਆਪਾਂ ਗੱਡੀ ਚ ਨਹਾਉਣੀ ਵੀ ਆਦੀ ਤਾ ਭੇਜੋ ਉਹ ਉਤਰ ਜਾਣੇ ਬਲੌਗ ਜੇ ਟੁੱਟ ਜਾਣੇ ਸਾਲੇ ਕਿਹੜੇ ਨਹੀਂ ਟੁੱਟਦੇ ਮੈਨੂੰ ਗੱਲ ਫਿਰ ਤੁਸੀਂ ਹੱਥ ਵਗੇ ਬਹੁਤ ਤੁਹਾਡੇ ਦਾ ਵਿੱਚ ਆਸੇ ਪਾਸੇ ਹਿਲ ਜਾਣਾ ਪਰ ਸ਼ੇਰੇ ਸੌ ਲੱਗੇ ਮੁਸ਼ਕ ਆਉਂਦਾ ਮਜ਼ਾਕ ਨੀ ਕਰਦਾ ਪਰਨਾ ਕਿੱਥੇ ਨਿਕਲਾ ਪਰਨਾ ਪਿੱਛੇ ਪਿਆ ਕੱਢ ਬਾਹਰ ਕੱਢ ਬਾਹਰ ਪਰਨਾ ਸਾਰੇ ਪਰਨਾ ਕਦੇ ਰੱਖਿਆ ਪਰ ਪੜਨਾ ਪੜ ਸੌ ਲੱਗੇ ਯਾਰ ਝੂਠ ਨੀ ਬੋਲਦਾ ਬਾਬੇ 6 ਵਜੇ ਸੌ ਲੱਗੇ ਮੈਨੂੰ ਮੁਸ਼ਕਿਲ ਹੈਗਾ ਪਰਨੇ ਦਾ ਮੁਸ਼ਕਿਲ ਮੰਨਦਾ ਨੀ ਕਿਸੇ ਦੀ ਗੱਲ ਗੁਰੂ ਧੋਂਦੇ ਨੀ ਪਰਨੇ ਗੁਰੂ ਬਾਹਰ ਰੱਖੇ ਬੰਦਾ ਪਰਨਾ ਧੋ ਲੈਂਦਾ ਉਹ ਦੱਸਣ ਤਾਂ ਡਿਆ ਬਹੁਤ ਗਿੱਲੇ ਬਣ ਲੈਂਦਾ ਵਾਲ ਚਲੋ ਆਪਾਂ ਚੜਾਈਏ ਆਪਣਾ ਜਿਹੜਾ ਮਿਸ਼ਨ ਹੈ ਗੁਰੂ ਜੀ ਬਾਹਰ ਵੀਡੀਓ ਬਣਾ ਦੇਖੀ ਚੜਾ ਕੇ ਲੈ ਬਈ ਜੋਰ ਕਰਤਾ ਕੰਮ ਉਹੀ ਵੇ ਨਾ ਨਾ ਕੋਈ ਚੱਕਰ ਨਹੀਂ ਕੁਛ ਨਹੀਂ ਆਇਆ 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 ਸ਼ੇਰੇ ਬਾਬੇ ਆਵਾਜ਼ ਇਹਦੀ ਸੀ ਆ ਬਾਂਸ ਪਿਆ ਇੱਥੇ ਠੀਕ ਹੈ ਮਾਸਾ ਨੀ ਆਊਗਾ ਸੱਚੀ ਜਿਹੜੇ ਤੇਰੇ ਮੁਸ਼ਕਿਲ ਨੇ ਕੁਛ ਬੰਦੇ ਮਾਰ ਸਕਦਾ ਆਪਣੇ ਪਰਨਾ ਨਾ ਬੰਨਣਾ ਸੌਣ ਲੱਗੇ ਮੈਂ ਮੋਟਰਸਾਈਕਲ ਤੇ ਆਏ ਨੇ ਕੱਲੇ ਨੇ ਜਿੰਮ ਇਹ ਗੱਲ ਹੈਗੀ ਓਏ ਉਸਤਾਦ ਨੂੰ ਅਸਰ ਜੇ ਚੜ ਗਿਆ ਤਾਂ ਹੀ ਗੱਡੀ ਨਹਿਰ ਆਲੂ ਹੋ ਚੱਲੀ ਮਾਮਾ ਸਹੀ ਉਸਤਾਦ ਨੂੰ ਪਹੁੰਚ
ਕੀ ਨਾਂ ਲਿਖਿਆ ਦੁਪਹਿਰੇ ਨੇ ਸਬਲ ਕੀ ਨਾਂ ਇਹਦਾ ਸਾਦਗੀ 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 ਸ਼ੇਰਾ ਸਾਦਗੀ ਗੋਰੀ ਨੂੰ ਮੈਸੇਜ ਕੀਤਾ ਕਹਿੰਦੇ ਕਹਿੰਦਾ ਭੈਣਾ ਇੱਕ ਗੱਲ ਕਹਾਂ ਕਹਿੰਦੀ ਕਹਿੰਦਾ ਤੂੰ ਮੰਨੀ ਇਹਨਾਂ ਇਹਨਾਂ ਰਿਪਲਾਈ ਗੱਲ ਕਰਦੇ ਇਹਨੇ ਕਰਤਾ ਮੈਸੇਜ ਰਿਕਾਰਡਿੰਗ ਕਰਦੀ ਸਾਲੇ ਨੇ ਇਹ ਨਾ ਸਾਦਗੀ ਨੂੰ ਸਬਲ ਫੇਰਨ ਫਿਰਦਾ ਸੀ ਜਿਮ ਜੀ ਕੁੜੀ ਇਹੋ ਕੰਮ ਆ ਹੈ ਅੱਜ ਕਹਿੰਦੇ ਸ਼ਨੀਵਾਰ ਹੈਗਾ ਤੇ ਬੰਦੇ ਦੋਵਾਂ ਦੂ ਜ਼ੋਰ ਮਾਰਨ ਦੇ ਕਹਿੰਦੇ ਦੋਵਾਂ ਦਾ ਕਸਰ ਅੱਜ ਕੱਢ ਕੇ ਜਾਣੀ ਅੱਜ ਤਾਂ ਹੈਗਾ ਵਰਕ ਪਾਊਟ ਉੱਡਦਾ ਤੇ ਪਟਾਂ ਦੇ ਵਿੱਚ ਵਰਕਆਊਟ ਦੇ ਵਿੱਚ ਕੋਈ ਦਿਖ ਨਹੀਂ ਲੱਗਿਆ ਥੋੜੇ ਬੰਦੇ ਅੱਜ ਕਹਿੰਦੇ ਪੱਟ ਕੈਮ ਕਰਨੇ ਤੇ ਪੱਟ ਕੈਮ ਕਰ ਹੀ ਲਿਆ ਓਕੇ ਸੌਖੇ ਹੋ ਕੇ ਉਦਲੀ ਬੋਡੀ ਦੇ ਬਰਾਬਰ ਇਹ ਦੋ ਕੁ ਮਹੀਨੇ ਸਿਆਲ ਦੀ ਹੋਰ ਰਹਿ ਜਾਂਦੇ ਨਾ ਮੇਰੇ ਕੋਲ ਗਰਮੀ 'ਚ ਉੱਨੀ ਗੀ ਨਹੀਂ ਜਿੰਨੀ ਸਿਆਲ 'ਚ ਹੁੰਦੀ ਜਿੰਨੀ ਸੋਹਣੀ ਵਰਗੀ ਡਾਇਟ ਚੱਲੀ ਸੀ ਨਾ ਹੁਣ ਵੀ ਡਾਇਟ ਵਧੀਆ ਖਾਣ ਡੇ ਆਪਾਂ ਦੋ ਤਿੰਨ ਦਿਨ ਮੀਲ ਖਰਾਬ ਕੀਤੇ ਮੇਰੇ ਹਿਸਾਬ ਨਾਲ ਭੁੱਖ ਨਹੀਂ ਲੱਗਣ ਦੀ ਗੱਲ ਹੋਰ ਕੋਈ ਨਹੀਂ ਕੁੜੀ ਹੈ ਅੱਜ ਵੀ ਧੱਕੇ ਨਾ ਖਾਧੀ ਮੀਲ ਆਪਾਂ ਕੀ ਜਾ ਗਿਆ ਆਪਾਂ ਆ ਸ਼ੇਰੇ ਦਾ ਸੁਣ ਲਈਏ ਪੁਰਾਣਾ ਪਿਆਰ ਕੀ ਗੱਲ ਹੋਈ ਹੈ ਸੁਣਾਉਂਦੇ ਕਿੰਨਾ ਸਿੰਮੂ ਵਾਲੀ ਗੱਲ ਸੁਣਦੇ ਆ ਹਰ ਗੱਲ ਨਹੀਂ ਸਿੰਮੂ ਕੌਣ ਗੱਲ ਕੀਤੀ ਪਰਸਨਲ ਹੁੰਦੀਆਂ ਬੜਾ ਬੰਦਾ ਆਪਣਾ ਬਾਹਰ ਗਿਆ ਸੀ ਮੈਨੂੰ ਦੁੱਖ ਲੱਗਾ ਸ਼ੇਰੇ ਦੀ ਗੱਲ ਉਹਨੂੰ ਮੈਂ ਦੱਸਣਾ ਮੈਂ ਉਹਨੇ ਹੱਥੇ ਮੇਰਾ ਨਾਂ ਲਿਖਾਇਆ ਮੁੜ ਕੇ ਫੁੱਲ ਵਗਾਇਆ ਲੈ ਇਦਾਂ ਹੋ ਜਾਂਦਾ ਸਾਲਿਆ ਤੂੰ ਕਈਆਂ ਨੂੰ ਫੁੱਲ ਵਗਾਉਣਾ ਪੈਂਦਾ ਕਈਆਂ ਨੂੰ ਮੁੱਛਾਂ ਵਗਾਉਣੀਆਂ ਪੈਂਦੀਆਂ ਤੂੰ ਕੀ ਵਗਾਈ ਕਈਆਂ ਨੂੰ ਮੁੱਛਾਂ ਵਗਾਉਣੀਆਂ ਪੈਂਦੀਆਂ ਉਹ ਨਹੀਂ ਸਾਨੂੰ ਵਗਾਉਣਾ ਪੈਣਾ ਕੋਸ ਤੇ ਭੈਣ ਚੋ ਤੂੰ ਕੀ ਕਰਾਉਣਾ ਇੱਥੇ ਆਈ ਹਾਲੇ ਅਸੀਂ ਥੋੜਾ ਥੋੜਾ ਚੇਂਜ ਹੋਣਾ ਨਾਂ ਥੋੜਾ ਜਿਹਾ ਥੋੜਾ ਨੀਂਦ ਬੜੀ ਆਉਣ ਡਈ ਉਧਰ ਲਾਈਟ ਵਿਚ ਚਮਕਾ ਕਿਦਾਂ ਰਿੰਡੀ ਲਿਆ ਕੇ ਲਾਉਂਦੇ ਸਵੇਰੇ ਨਵੀਂ ਚੀਜ਼ਾਂ ਤੇ ਬੜੀਆਂ ਲਾਉਂਦੇ ਸੀ ਰੋਜ਼ ਪਰ ਸਾਡੇ ਲੱਗਦੀਆਂ ਨੀ ਸਾਡੇ ਆਪਣੇ ਵੀ ਸ਼ੌਂਕ ਪੂਰੇ ਹੁੰਦੇ ਨਿੱਕੇ ਨਿੱਕੇ ਕਦੀ ਕੁਝ ਕਰ ਲਾ ਕਦੀ ਕੁਝ ਕਰ ਲਾ ਤੇ ਬਾਬੇ ਕਿਰਪਾ ਨਾਲ ਅੰਦਰ ਗੱਡੀਆਂ ਹੋਈਆਂ ਪਈਆਂ ਜੀ ਹੈ ਕੀ ਕਹਿੰਦੇ ਰੌਣਕਾਂ ਲੱਗੀਆਂ ਪਈਆਂ ਗੱਡੀਆਂ ਦੀਆਂ ਕਾਹਨੂੰ ਗੱਲਾਂ ਹੋਈਆਂ ਪਈਆਂ ਕਾਹਨੂੰ ਚੱਲ ਵੀ ਰਾਣੀ ਹੈ ਅਤੇ ਇਹਨੂੰ ਵੀ ਆਪਾਂ ਇੱਥੇ ਕਲਾ ਦੇਣਾ ਫਸਾ ਦੇਣਾ ਹੌਲੀ ਜੀ ਚੰਗਾ ਵੀ ਮਿੱਤਰੋ ਫਿਰ ਮਿਲਦੇ ਹਾਂ ਸਵੇਰੇ ਨਵੇਂ ਵਲੋਗ ਦੇ ਨਾਲ ਅਤੇ ਸਵੇਰੇ ਦੋ ਤਿੰਨ ਵਲੋਗ ਆਪਣੇ ਵੇਖੋ ਕਿਹੜੇ ਬਣਦੇ ਇੱਕ ਤਾਂ ਰਗੜੇ ਦੇ ਬੜੇ ਮੈਸੇਜ ਆਉਣ ਡੇ ਰਗੜੇ ਵਾਲਾ ਜਾਂ ਪਿੱਠੂ ਗਰਮ ਅਤੇ ਜਾਂ ਬਾਂਦਰ ਕਿੱਲਾ ਤਿੰਨ ਚੀਜ਼ਾਂ ਵਾਲਾ ਵਲੋਗ ਸਵੇਰੇ ਸ਼ਾਇਨ ਕੱਢਣ ਦੀ ਸਾਡੀ ਇੱਕ ਕੋਸ਼ਿਸ਼ ਜਾਂ ਫਿਰ ਮੋਟਰ 'ਤੇ ਚਲਾਵਾਂਗੇ ਨਹਾਉਣ ਧੋਣ ਵਾਸਤੇ ਹੈ ਨਾ ਅਤੇ ਬਾਕੀ ਹੁਣ ਕੀ ਮਾਹੌਲ ਬਣਦਾ ਹੈ ਨਾ ਸੋਚੀ ਦਾ ਕੁਝ ਹੋ ਕੁਝ ਜਾਂਦਾ ਕਿ ਕਿਤੇ ਵੀ ਕਿਤੇ ਨਿਕਲ ਜਾਈਦਾ ਅਤੇ ਕੱਦੂ ਵਾਲੇ ਵਲੋਗਾਂ ਦੀ ਫੁੱਲੀ ਤਿਆਰੀ ਹੈ ਜਾਣ ਮੇਰੀਏ ਉਹ ਸਾਜ ਨੇ ਕਲਿੱਪ ਜੀ ਪਾਤੀ ਅੱਜ ਕਹਿੰਦਾ ਕੱਦੂ ਵਾਲੇ ਵਲੋਗ ਕੈਂਸਲ ਉਹ ਸਾਰੇ ਭਰਾ ਮੈਨੂੰ ਮੈਸੇਜ ਕਰੀ ਜਾਂਦੇ ਅਤੇ ਉਹ ਵੀ ਚਲੋ ਹਾਸਾ ਮਜ਼ਾਕ ਕਰਦਾ ਰਹਿੰਦਾ ਭਰਾ ਆਪਣਾ ਹੈ ਨਾ ਅਤੇ ਕੱਦੂ ਵਾਲੇ ਵਲੋਗ ਜ਼ਰੂਰ ਬਣਾਵਾਂਗੇ ਯਾਰ ਕਿ ਬਣਾਵਾਂਗੇ ਇਹੋ ਜਿਹਾ ਕਿ ਮੈਂ ਨਾ ਕਿ ਅੱਗੇ ਤਾਂ ਗੱਡੀਆਂ ਉੱਦਾਂ ਮਾਰ ਦਿੱਤੀਆਂ ਯਾਰ ਕਿ ਫੁੱਲ ਤਿਆਰੀ ਲਾ ਲਓ ਹਿਸਾਬ ਕਿ ਮਤਲਬ ਕਿ ਪੂਰਾ ਗਾਹ ਪਾਵਾਂਗੇ ਆਪਾਂ ਦੋ ਇਹ ਨਹੀਂ ਇੱਕ ਵਲੋਗ ਕੱਦੂ ਵਾਲਾ ਘੱਟੋ ਘੱਟ ਪੰਜ ਸੱਤ ਵਲੋਗ ਦਸ ਵਲੋਗ ਵੀ ਆ ਸਕਦੇ ਲਾ ਲਓ ਹਿਸਾਬ ਕਿਉਂਕਿ ਤਾਂ ਕਰਕੇ ਉਹ ਵੀ ਮੈਨੂੰ ਵੀਰਾਂ ਭਰਾਵਾਂ ਦੇ ਮੈਸੇਜ ਬਹੁਤ ਆਉਣ ਡੇ ਬਾਈ ਅਸੀਂ ਵੀ ਗੱਡੀਆਂ ਲੈ ਕੇ ਆਉਣੀਆਂ ਹੈ ਨਾ
ਉਹ ਦਿਨ ਆਪਾਂ ਵੱਖਰਾ ਰੱਖ ਲਾਂਗੇ ਹੈ ਨਾ, ਜਦੋਂ ਤੁਸੀਂ ਆਉਣਾ ਹੋ ਕਿਸੇ ਵੀਰ ਭਰਾ ਨੂੰ, ਕਿਉਂਕਿ ਹਰ ਇੱਕ ਬੰਦੇ ਨੂੰ ਹੁੰਦਾ ਨਾ ਇਸ ਚੀਜ਼ ਦਾ ਕਿ ਹੁਣ ਇੱਥੇ ਮੈਨੂੰ ਇੱਕ ਜਨਾਲੇ ਵੀਰ ਮਿਲਿਆ ਅਤੇ ਉਹਦੇ ਕੋਲ ਕੋਈ ਗੱਡੀ ਵੀ ਨਹੀਂ ਆਈ, ਕੁਛ ਵੀ ਨਹੀਂ ਆਇਆ, ਕਹਿੰਦਾ ਵੀਰ ਮੈਂ ਜਿੱਦਾਂ ਕਦੂਲੇ ਵਲੋਗ ਬਣਾਉਣੇ ਮੈਂ ਆਉਣਾ ਵਾ, ਅਤੇ ਮੈਂ ਜਾਣਾ ਕੋਈ ਨਹੀਂ ਸਟੋਰੀ ਪਾ ਦਾਂਗੇ, ਤੂੰ ਆ ਜੀ ਮੇਰਾ ਭਰਾ, ਉਹ ਛੋਟਾ ਹੀ ਉਮਰ ਦੇ ਵਿੱਚ ਮੇਰੇ ਸਾਰਾ 16-17 ਸਾਲਾਂ ਦਾ ਸੀ ਹੈ ਨਾ, ਅਤੇ ਮੈਂ ਕੋਈ ਚੱਕਰ ਨਹੀਂ ਡਾਲੀਆਂ, ਆ ਜਾਓ ਤੁਸੀਂ, ਤੁਹਾਨੂੰ ਦੱਸ ਦਾਂਗੇ ਸਟੋਰੀ ਪਾ ਕੇ ਕਿ ਇੱਕ ਅਸੀਂ ਕਦੂਲੇ ਵਲੋਗ ਬਣਾਉਣੇ, ਉਹ ਦੱਸਣਾ ਨਹੀਂ ਕਿਨੂੰ, ਚਾਨਚਾ ਕੀ ਬਣਾਉਣੇ ਆ ਜਿਹੜੇ ਅਸੀਂ ਆਪਸੀ ਬੰਦੇ ਨੇ ਬਣਾਉਣੇ ਹੈ ਨਾ, ਕਿ ਜਿਹੜਾ ਜਿਹਦੇ ਵਿੱਚ ਕੱਦੂ ਦੇ ਵਿੱਚ ਹੀ ਰੱਸੇ ਵਾਲਾ ਕਰਨਾ ਕੰਮ ਅਤੇ ਕੱਦੂ ਦੇ ਵਿੱਚ ਹੀ ਟੋਚਣ ਵਾਲਾ ਕੰਮ ਕਰਨਾ ਵਾ ਹੈ ਨਾ, ਮੈਂ ਦੱਸਣਾ ਨਹੀਂ ਵੈਸੇ, ਚਲੋ ਹੁਣ ਤਾਂ ਦੱਸ ਦਿੰਦਾ ਤਾਂ ਹੀ ਕਰਕੇ ਜ਼ਿਆਦਾ ਵਲੋਗ ਬਣਨੇ ਕੱਦੂ ਵਾਲੇ ਅਰਕੀ, ਅਤੇ ਫੁੱਲੀ ਫਨ ਕਰਨਾ ਆ, ਲਾਗੇ ਲਾਗੇ ਆਪਾਂ ਕਈ ਕੋਈ ਵੱਢੀ ਗਿਰੀ ਪਾਣੀ ਛੱਡਿਆ ਜਾਣਾ ਵਾ, ਅਤੇ ਮੇਰੇ ਹਿਸਾਬ ਨਾਲ ਜਿਹਦੇ ਵਿੱਚ ਆਪਾਂ ਗੱਡੀਆਂ ਘੁਮਾਈਆਂ ਸੀ ਕੱਲ੍ਹ ਪਰਸੋਂ, ਉਹਦੇ ਵਿੱਚ ਪਾਣੀ ਮੇਰੇ ਹਿਸਾਬ ਚਾਚੇ ਨੇ ਛੱਡਤਾ, ਜੇ ਛੱਡਤਾ ਆ ਤਾਂ ਥੋੜ੍ਹਾ ਜਿਹਾ ਤੁਹਾਨੂੰ ਟ੍ਰੇਲਰ ਟੀਜ਼ਰ ਕੱਦੂ ਵਾਲੇ ਵਲੋਗ ਦਾ ਵਿਖਾ ਦਾਂਗੇ ਹੈ ਨਾ, ਇੱਕ ਅੱਧੀ ਗੱਡੀ ਵਾੜ ਕੇ ਵਿੱਚ ਪਾਣੀ ਛਣ ਕਰ ਲਾਂਗੇ, ਅਤੇ ਬਾਕੀ ਜਾਣ ਮੇਰੀ ਸਨੈਪਚੈਟ 'ਤੇ ਇੰਸਟਾਗ੍ਰਾਮ 'ਤੇ ਗੇੜਾ ਮਾਰਿਆ ਕਰੋ, ਉੱਥੇ ਵੀ ਰੀਲਾਂ ਵਾਲਾ ਅਤੇ ਸਨੈਪਚੈਟ 'ਤੇ ਸਟੋਰੀ ਵਾਲਾ ਗਾਹ ਪਾ ਛੱਡੀ ਦਾ, ਅਤੇ ਮੁੱਕਦੀ ਗੱਲ ਜਾਣ ਮੇਰੀ ਇੰਟਰਟੇਨਮੈਂਟ ਵਾਸਤੇ ਆਪਾਂ ਚੀਜ਼ਾਂ ਯੂਜ਼ ਕਰਦੇ ਹਾਂ, ਤਾਂ ਕਰਕੇ ਤੁਹਾਨੂੰ ਦੱਸੀਦਾ ਕਿ ਉੱਧਰ ਵੀ ਕੁਛ ਨਾ ਕੁਛ ਚੀਜ਼ਾਂ ਪਾਉਂਦੇ ਰਹੀਦਾ, ਅਤੇ ਉੱਥੇ ਵੀ ਫੋਲੋ ਕਰ ਸਕਦੇ ਜੀ, ਅਤੇ ਬਾਕੀ ਇੱਥੇ ਜਿਹੜਾ ਤੁਸੀਂ ਵਲੋਗ ਵੇਖਿਆ ਇਹਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਜਾਂਦੇ ਜੀ ਜਾਂਦੇ ਕਹਿਣ ਜਾਂ ਕਮੈਂਟ ਕਰ ਦਿਓ, ਬਾਏ ਬਾਏ, ਜਿਹਦੇ ਵਾਸਤੇ ਰਹੋ ਦੇ ਨਜ਼ਾਰੇ ਲਓ, ਮਿਲਦੇ ਹਾਂ ਸਵੇਰੇ।